Baby, my damn, my pain, baby, my pain, baby, Kasma. Baby, my damn, my battery, di. Baby, my damn, dek Kasma ne pale mere saane. Baja, boy, baja, koi. Kano pambiya kahan? Idhar tak main pandit kaise tha? Nima chka the mere saale gandhi laad ne. Pua, boy, baja. ਉਹਦਾ ਜਵਾਗ ਜਾ ਪਤਾ ਨਹੀਂ ਕਿੱਧਰ ਨਿਕਲੇ ਇੱਥੇ ਹੋਊਗਾ ਬਾਈ ਕੋਈ ਨਹੀਂ ਆ ਸਮਾਂ ਦੇਖੀ ਭਾਈ ਪੰਮੀਆਂ ਕਿੰਨਾ ਕੁ ਹੋਇਆ ਤੇਰੇ ਮੋਬਾਈਲ ਦੀ ਤੇ ਆ ਬਾਈ ਮੈਨੂੰ ਤਾਂ ਲੱਗਦਾ ਇਹ ਤੇ 11 ਵੱਜ ਗਏ ਵੱਜ ਗਏ 11 ਅੱਧਾ ਦਿਨ ਲੰਘ ਗਿਆ ਉਹਦਾ ਜਵਾਗ ਜਾ ਪਤਾ ਨਹੀਂ ਕਿੱਧਰ ਲੰਗਿਆ ਕਿੱਧਰ ਨਾ ਅੱਖ 'ਚ ਦਵਾਈ ਪਾਉਣ ਦਾ ਤੂੰ ਪਾ ਦੇ ਭਾਈ ਪੰਮੀਆਂ ਦਵਾਈ ਅੱਖ 'ਚ ਬਾਈ ਮੈਨੂੰ ਕਿੱਥੇ ਦੀਂਦਾ ਮੈਨੂੰ ਤਾਂ ਆਪ ਮੱਚਣਾ ਦੋਨੇ ਅੱਖਾਂ 'ਚ ਚਿੱਟਾ ਮੋਤੀਆ ਉਤਰਿਆ ਪਿਆ ਆਹੋ ਓ ਮੁੰਡਿਆ ਵਾ ਬੱਬੂ ਵੇ ਬਈ ਨਾ ਐਡੇ ਐਡੇ ਬਾਜ ਮਾਰ ਮੈਂ ਬੋਲ ਮਾਰਦੀ ਆ ਤੈਨੂੰ ਹੌਲੀ ਬੋਲਣਾ ਚਾਹੀਦਾ ਮਾੜਾ ਮੋਟਾ ਤਾਂ ਪਰਹੇਜ਼ ਰੱਖ ਲੈ ਹੌਲੀ ਬੋਲਣ ਨਹੀਂ ਦਿੰਦੇ ਮੇਰੇ ਸਾਲੇ ਦੇ ਉਹ ਫਿਰਦੇ ਨੇ ਉੱਤੇ ਚਲੇ ਕੋਠੇ ਦੇ ਉੱਪਰ ਵੇ ਬਈ ਆਹ ਉੱਪਰ ਦੁੱਧ ਲੈਂਦੇ ਨੇ ਇਹ ਅੱਖਾਂ ਵਾਰੀ ਵਾਰੀ ਨਹੀਂ ਬਣਦੀਆਂ ਐਵੇਂ ਨਹੀਂ ਕਿਸੇ ਨੇ ਕਿਹਾ ਅੱਖਾਂ ਗਈਆਂ ਜਹਾਨ ਗਿਆ ਮਾਰੀ ਭਾਈ ਬਾਜ ਨੂੰ ਸਵਾਦ ਗਿਆ ਮਾਰੀ ਬਾਜ ਮਰ ਜਾਣ ਮਾੜਾ ਮੋਟਾ ਬਚਾ ਲਾਵਦੀ ਕੋਈ ਨਿਗਾ ਆਹੋ ਬੱਬੂ ਵੇ ਬੱਬੂ ਕੋਠੇ ਦੇ ਹੋਊਗਾ ਭਾਈ ਦੱਬ ਕੇ ਮਾਰਦੇ ਬਾਜ ਪੰਮੀਏ ਕਿੱਥੇ ਸੁਣਦਾ ਉਹ ਕੰਜਰੋ ਹੋ ਬਈ ਆ ਤੇਰੇ ਪਿਓ ਦੇ ਦਵਾਈ ਪਾ ਦੇ ਹਾਲ ਹਾਲ ਕਰੀ ਜਾਂਦਾਗਾ ਕੋਈ ਨਾ ਬਈ ਮੈਂ ਆਉਂਗਾ ਉੱਪਰ ਦੁੱਧ ਲੈਣਾ ਕੋਈ ਨਾ ਬਈ ਤੁਸੀਂ ਇੱਥੇ ਖੜ ਜਾਓ ਆਈਡੀ ਚੌਂਕ ਲਵੇ ਚੰਗਾ 11 ਵਜੇ ਪਏ ਨੇ ਕੰਜਰ ਦਾ ਦਵਾਈ ਦਵਾਈ ਪਾ ਦੇ ਮਾੜੀ ਮੋਟੀ ਅੱਖ 'ਚ ਨਾ ਉੱਚੀ ਨਾ ਪੂਆ ਨੂੰ ਕਦੇ ਬੋਲਿਆ ਕਰ ਹੋ ਤੱਕ ਮਾਰਦਾ ਹੱਕ ਹੋਰ ਕੀ ਕਰਾਂ ਮੈਂ ਹੱਕ ਨਾ ਮਾਰਾਂ ਤੈਨੂੰ ਤੁਸੀਂ ਵੀ ਗੱਲਬਾਤ ਸੁਣ ਲਿਆ ਕਰੋ ਹੈ ਜਦੋਂ ਤੈਨੂੰ ਦਵਾਈ ਕਿਹੜਾ ਬੋਲ ਮਾਰ ਕੇ ਦਵਾਈ ਪਾਉਣੀ ਪੈਂਦੀ ਹੈ ਚੱਲ ਤਾਂ ਮੇਰੇ ਅੱਖਾਂ ਨੂੰ ਬੰਦ ਘੱਟਤਾ ਨਾਲੇ ਮੇਰੇ ਸਾਲਕਣੇ ਗੌਰ ਨਹੀਂ ਕਰਦੇ ਮੇਰੀ ਕੋਈ ਨਹੀਂ ਬਾਈ ਕੋਈ ਨਹੀਂ ਤੂੰ ਪੈ ਜਾ ਆਹੋ ਕੋਈ ਨਹੀਂ ਇੰਨਾ ਨਾ ਬੋਲਿਆ ਕਰ ਲੈ ਲੈ ਇਹਨੇ ਜਵਾਕਾਂ ਜਿਹੇ ਨੇ ਮੈਂ ਫੜ ਆਪਾ ਪੋਚ ਕੇ ਓਏ ਕਿਤੇ ਅੱਖ 'ਚ ਉਂਗਲ ਮਾਰ ਦੇ ਨਹੀਂ ਮਾਰਦਾ ਲੈ ਬੇ ਬੱਬੂ ਟਾਈਮ ਨਾ ਪਾ ਦਿਆ ਕਰੋ ਭਾਈ ਦਵਾਈ ਦਵੂਈ ਹੈ ਚੱਲ ਇਹ ਠੀਕ ਹੋ ਜੂਗਾ ਕੋਈ ਹੋਰ ਨਹੀਂ ਤਾਂ ਖੇਤ 'ਚ ਹੀ ਰਾਖੀ ਬੈਠਾ ਰਹੂਗਾ ਹੈਂ ਕੱਪੜਾ ਲੈ ਲਈ ਉੱਤੇ ਹੋਰ ਭੂਆ ਬਥੇਰਾ ਕੰਮ ਕਰਿਆ ਨੇ ਬਥੇਰੇ ਹੱਡ ਕਾਲੇ ਕਰੇ ਨੇ ਭਾਈ ਤੁਸੀਂ ਤਾਂ ਕਰ ਨਹੀਂ ਸਕਦੇ ਇੰਨਾ ਹਾਂ ਤੂੰ ਕਰੀਦਾ ਜਾਂਦਿਆ ਹੁਣ ਕੰਮ ਤੂੰ ਵੀ ਇਹਦੇ ਪਿੱਛੇ ਲੱਗ ਜਾ ਤੈਨੂੰ ਤਾਂ ਮਗਲਾ ਤੋਂ ਤੂੰ ਕਰਦਾ ਕੰਮ ਤੂੰ ਹੈਗੀ ਮੋਬਾਈਲ ਜੇ ਤੋਂ ਜਾਂਦਾ ਮੈਂ ਨਾਲੇ ਸਨਾਮ ਕਹਾ ਦੇ ਮਕਲਾਵਾ ਉਹ ਕੰਮ ਦੀ ਮੜਾ ਜਾ ਮੁੰਡੇ ਆਉਂਦੇ ਨੇ ਓ ਖੇਤ ਵੱਜ ਜਾ ਵੀਰ ਖੇਤ ਆ ਉੱਥੇ ਨਾਲ ਦਾ ਗਾਈਆਂ ਵੜ ਰਹੀਆਂ ਨੇ ਖੇਤ ਆਪਣੇ ਨਾਲੇ ਕੱਖਾਂ ਵਾਲੀਆਂ ਕੰਦਰ ਦਾ ਸਾਰਾ ਉੱਤੇ ਸਰੋਂ ਖਰਾਬ ਕਰ ਗਿਆ ਸਾਗ ਤੋੜ ਕੇ ਲੈ ਗਏ ਸਾਰਾ ਹੈ ਖੇਤ ਨਹੀਂ ਬੜਾ ਤੂੰ ਤਾਂ 10 ਦਿਨ ਹੋ ਗਏ ਜਾ ਕੇ ਕੋਈ ਨਾ ਮੈਂ ਆ ਜੂ ਮੜਾ ਜਾ ਬੈਠ ਜਾ ਕੋਈ ਨਾ ਬੈਠ ਜਾ ਤੇ ਕੌਣਾ ਮੋਟਾ ਹਾਲ ਚਾਲ ਦੇਖ ਲੈ ਕਿ ਫਸਲ ਦਾ ਜਾ ਕੇ ਕਿਹੜਾ ਮਾਰ ਕੇ ਜਾਣਾ ਫਿਰ ਮੈਂ ਸੁਣਾਉਂ ਕਿਹੜਾ ਮਾਰ ਕੇ ਯਾਰ ਨਾਲੇ ਹੋਰ ਆ ਵੀ ਭਈ ਅੱਜ ਕੱਲ ਦੇ ਜਵਾਖਾਂ ਦਾ ਤਾਂ ਨਾ ਬਾਈ ਸਰੇ ਹੀ ਪਿਆ ਹਾਂ ਇੱਕ ਬਹੂ ਦੇਖ ਲੈ ਜਾ ਕੇ ਬੈਠ ਗਈ ਹੈ ਵੀ ਭਈ ਉਹਨੂੰ ਵੀ ਲਿਆਓ ਭਾਈ ਬਹੂ ਵੀ ਸਹੀ ਆਪਦੀ ਜਗ੍ਹਾ ਤੇ ਜਦੋਂ ਭੈਣ ਦਾ ਖਸਮ ਕੰਮ ਦਾ ਕਰਦਾ ਨਹੀਂ ਜਨਾਨੀ ਕਿਹਦੇ ਸਿਰ ਤੇ ਰਹੂ ਭਾਈ ਹੈ 4 ਰੁਪਏ ਕਮਾਵੇ ਲਿਆ ਕੇ ਆਪਦੀ ਜਨਾਨੀ ਨੂੰ ਦੇਵੇ ਹੱਥ ਤੇ ਧਰੇ ਮੁੱਠੀ ਗਰਮ ਕਰੇ ਉਹਦੀ ਹੈ ਤਾਂ ਅਗਲੀ ਹੌਸਲੇ 'ਚ ਭੱਜੀ ਫਿਰੇ ਕੰਮ ਤਾਂ ਧੇਲੇ ਦਾ ਨਹੀਂ ਕਰਦਾ ਮੇਰਾ ਸਾਲਾ ਲੈਂਦਾ ਮੋਬਾਇਲ ਕਦੇ ਕੋਠੇ 'ਤੇ ਜਾ ਚੜ੍ਹਦਾ ਕਦੇ ਲੈਂਦਾ ਮੋਬਾਇਲ ਭੈਣ ਦਾ ਉੱਥੇ ਗੇਟ 'ਚ ਜਾ ਖੜਦਾ ਬਹੂ ਨਾਲ ਇਹ ਜਿਹੜਾ ਸੰਗ ਸ਼ਰਮ ਉਤਾਰ ਕੇ ਪੰਮੀਏ ਸੰਗ ਸ਼ਰਮ ਉਤਾਰ ਕੀ ਹੈ ਹੱਗਿਆ ਵੀ ਮੋਬਾਇਲ ਦੇ ਵਿੱਚ ਮੂਤਿਆ ਵੀ ਮੋਬਾਇਲ ਦੇ ਵਿੱਚ ਆ ਮੇਰੀ ਮਾਂ ਰੋਟੀ ਬਣਾਉਂਦੀ ਹੈ ਮੇਰੀ ਮਾਂ ਸਬਜ਼ੀ ਬਣਾਉਂਦੀ ਹੈ ਐਂਦੇ ਖਸਮਾਂ ਨੇ ਜਲੂਸ ਕੱਢਦਾ ਪਿੰਡੋ ਪਿੰਡੀ ਵੀਡੀਓ ਭੇਜਤੀਆਂ ਆਹੀ ਕੁਛ ਚੱਲ ਰਿਹਾ ਬਈ ਹੁਣ ਤਾਂ ਆਹੋ ਅਗਲੀ ਕੀ ਕਰੇ ਅਗਲੀ ਜਾਊਗੀ ਅੱਕੀ ਹੋਈ ਹੈ ਤੜਕੇ ਦੀ ਉਹ ਨਿਕਲੀ ਆ ਮੇਰੇ ਸਾਲਕਣੇ ਦੀ ਹਜੇ ਤੱਕ ਉਹ ਨਹੀਂ ਬੜੀ ਲੈ ਦੱਸ ਮੈਨੂੰ ਪੁੱਛੇ ਵੀ ਭੈਣ ਦਾ ਮੈਂਬਰ ਦਾ ਘਰ ਐਡੀ ਦੂਰ ਹੈ ਜਾਂਦੀ ਆ ਉਹ ਗੱਲਾਂ ਲੱਗ ਜਾਂਦੀਆਂ ਉੱਥੇ ਬੈਠ ਕੇ ਕਰਨ ਬੇ ਬਈ ਬੁੜੀਆਂ ਦਾ ਤਾਂ ਇਹੀ ਕੰਮ ਹੁੰਦਾ ਗਾ ਹੈ ਚੱਲ ਕੋਈ ਨਹੀਂ ਤੁਸੀਂ ਬੜਾ ਪੜੋ ਕੇ ਆਪਾਂ ਬਹੂ ਨੂੰ ਲਿਆਈਏ ਹਾਂ ਚੱਲ ਤੂੰ ਦੋ ਬੰਦੇ ਹੋਰ ਬੁਲਾ ਲਾ ਹੈ ਸਰਪੰਚਾਂ ਕਰਨੀ ਤਾਂ ਉਹ ਗਈ ਆ ਤੇ ਆਪਾਂ ਕੋਈ ਕਰੀਏ ਕੋਈ ਬੰਨ ਸੁਭ ਹਾਂ ਮੈਂ ਪੰਮੀਏ ਤੈਨੂੰ ਇੱਕ ਗੱਲ ਕਹਿਣਾ ਸੀ ਹਾਂ ਬਈ ਮੈਂ ਕਹਿੰਦੀ ਵੀ ਜੇ ਜਮੇਰ ਸੂ ਨੂੰ ਕਹਿੰਦੀ ਤੂੰ ਸਿਆਣਾ ਬੰਦਾ ਤੁਰਦਾ ਫਿਰਦਾ ਉਹ ਜੇ ਆ ਜਾਂਦਾ ਚੱਲ ਜਮੇਰ ਹੋ ਜਾਂਦਾ ਮੈਂਬਰ ਨਹੀਂ ਹੋ ਜਾਂਦੀ ਆਪਣੇ ਪਿੰਡ ਵਾਲੀ ਹੈ ਚੱਲ ਉਹ ਸਿਆਣੀ ਹੈ ਬੋਲ ਚਾਲ ਵਧੀਆ ਉਹਦੀ ਅਫਸਰਾਂ ਨਾਲ ਜਾਣ ਪਛਾਣ ਹੈ 4 ਬੰਦੇ ਇਕੱਠੇ ਹੋ ਕੇ ਬਾਗ ਚੱਲਦੇ ਲੈ ਆਉਂਦੇ ਹੈ ਇਹਨਾਂ ਦਾ ਦੀਦੀ ਆ ਕਰਤੂਤ ਮੇਰੇ ਸਾਲਕਣੇ ਦੀ ਮੈਨੂੰ ਵੀ ਬਾਈ ਅੱਜ ਮੇਰ ਸਿਓ ਤੋਂ ਕੀ ਕਰਾਉਣਾ ਤੂੰ 40 ਗੁਣ ਮੈਨੂੰ ਉਹ ਗੱਲਾਂ ਸੁਣਾਊਗਾ ਉਹ ਤਾਂ ਪਹਿਲੇ ਹੀ ਨਹੀਂ ਮਾਨ ਤੇਰੇ ਪੇਕੇ ਆਏ ਤੇਰੇ ਪੇਕੇ ਆਏ ਲੈ ਦੱਸ ਯਾਰ ਹੁਣ ਫਿਰ ਪੇਕੇ ਕਿਹੜਾ ਗਾਹਾਂ ਬਲੈਕ ਕਰਦੇ ਨੇ ਹੈ ਜੇ ਸਾਡੇ ਕਰਮ ਨੇ ਭਾਈ ਸਾਡੇ ਨਾਲ ਚੱਲੀ ਜਾਂਦੇ ਨੇ ਵੀ ਬਾਈ ਉਹ ਤਾਂ ਸੋਨੂੰ ਕਦੇ ਇੱਕ ਗੱਲ 'ਚ ਵੀ ਨਹੀਂ ਚੰਗੇ ਕਹਿੰਦਾ ਆਹੋ
ਫਿਰ ਮੈਨੂੰ ਜਾ ਕੇ ਫਿਰ ਉਹ ਗੱਲਾਂ ਸੁਣਾਈ ਜਾਇਆ ਕਰੋ, ਤੇਰੀ ਮਰਜ਼ੀ ਆ ਭਰਾਵਾ। ਲਾਦ ਚੰਗੀ ਨਿਕਲ ਗਈ, ਲਾਦ ਤੁਹਾਡੀ ਚੰਗੀ ਨਿਕਲ ਗਈ ਭਾਈ, ਹੁਣ ਸ਼ਾਇਦ ਲੀਲ ਤਾਂ ਮਾੜੇ ਵੱਜਣੀ ਨੇ। ਹੈਂ ਤੂੰ ਮਰ ਜਾ ਭਾਈ ਨੂੰ ਟੈਲੀਫੋਨ ਕਰ, ਹੈਂ ਜਿਵੇਂ ਮਰਜ਼ੀ ਆ, ਔਖਾ ਸੌਖਾ ਘੰਟਾ ਦੋ ਘੰਟੇ ਕੱਢ ਕੇ ਆ ਜਾ, ਆਪਾਂ ਜਾਈਏ ਉੱਥੇ ਸਨੌਰ ਗੱਡੀ ਕਰਾ ਕੇ ਬਸ ਚੱਲਾਂਗੇ, ਚਾਰ ਬੰਦੇ ਉਹ ਜਾ ਕੇ ਲਿਆਵਾਂਗੇ ਬਹੂ ਨੂੰ। ਚੱਲ ਚੰਗਾ ਬਾਈ, ਤੂੰ ਆ ਕਰ, ਮੈਨੂੰ ਆ ਫੋਨ ਜਿਹਾ ਲਾ ਕੇ ਦੇ, ਅੱਜ 'ਚ ਤਾਂ ਨਾ ਇਕੱਲੀ ਮਿਸ ਕਾਲ ਜੋਗੇ ਹੀ ਨੇਗੇ। ਆਹੋ ਮੈਨੂੰ ਕਿੱਥੇ ਲਾਉਣਾ ਆਉਂਦਾ, ਇਹਨੂੰ ਜਵਾਜ ਨੂੰ ਕਹਿੰਦੇ ਲਾ ਦੂਗਾ ਇਹ। ਓ ਬੱਬੂ ਦੇਖ ਮੇਰਾ ਸਾਲਾ ਕਿਵੇਂ ਫੇਰ ਚੜ ਗਿਆ ਕੋਠੇ ਤੇ। ਬੇ ਬਾਹਰ ਵੀ ਨਿਕਲਿਆ ਭਾਈ, ਕੀ ਕਰੀ ਜਾਂਦਾ? ਕੀ ਹੋ ਗਿਆ? ਓਏ ਹੱਕਾ ਮਰੀ ਜਾਂਦੇ ਹਾਂ, ਬੋਲੋ ਬੇ। ਆ ਤੇਰੇ ਫੁੱਫੜ ਨੂੰ ਫੋਨ ਲਾ ਕੇ ਦੇਵੇ, ਹਾਂ ਤੇਰਾ ਫੁੱਕਣਾ ਫੂਕਦੇ ਆ, ਤੇਰੀ ਬਹੂ ਦੀ ਲਿਆਉਣੇ ਤੇ ਇੱਥੇ ਮੜਾ ਮੜਾ ਕਰਦੇ ਆ। ਆਹੋ ਆ ਜੂਗੀ ਯਾਰ, ਹੁਣ ਉਹੀ ਬਹੂ ਬਹੂ ਲਾ ਰੱਖਿਆ, ਮੈਂ ਤਾਂ ਕਹਣਾ ਆਵੇ ਨਾ ਯਾਰ। ਆਹੋ ਤੇਰਾ ਤਾਂ ਸਰਜੂ ਇੱਥੇ ਆਵੇ ਨਾ, ਵੇਖ ਕੇ ਸਰਜੂ ਪਿੰਡ 'ਚ ਕੀ ਮੂੰਹ ਦਿਖਾਵਾਂਗੇ ਭਾਈ। ਹੈਂ ਬਾਹਰ ਕਰਖੀ ਹੋਣੀ ਕੰਜਰ ਦੇ ਕੋਈ, ਆਪੀ ਲਾਉਂਗਾ ਮੈਂ, ਚਾਰ ਦਿਨ ਲਾ ਜਾਉਣ ਦੇ ਉਹਨੂੰ ਕੋਈ। ਬਾਹਰ ਕਰਖੀ ਹੋਣੀ ਕੰਜਰ ਦੇ ਕੋਈ ਨਾ ਕੋਈ ਨੂੰ ਤਾਂ ਕਦੇ ਗਈ ਨਹੀਂ ਮਿਲਣ ਵੀ, ਤੇ ਹੁਣ ਕੀ ਗੱਲ ਹੋ ਗਈ? ਗੱਲ ਤਾਂ ਭਾਈ ਜਾਊਗੀ ਹੁਣ, ਦੱਸ ਲੈ ਆ 10 ਦਿਨਾਂ ਨੂੰ ਅਗਲੇ ਸਾਰੇ ਲੋਕ ਕਨਸੂਹਾਂ ਲੈਣ ਲੱਗ ਜਾਣਗੇ। ਕਨਸੂਹਾਂ ਕੀ ਲੈਂਦੇ ਨੇ, ਕਨਸੂਹਾਂ ਪੁੱਛਦੇ ਨੇ? ਤੈਨੂੰ ਪਤਾ ਲੋਕ ਤਾਂ ਪਹਿਲੇ ਹੀ ਨਹੀਂ ਰਾਜੀ। ਤੇਰੇ ਫੁੱਫੜ ਦਾ ਫੋਨ ਲਾ ਕੇ ਦੇ ਤੇਰੀ ਭੂਆ ਨੂੰ, ਆ ਗਈ ਤੇਰੀ ਮਾਂ ਓਏ? ਆ ਗਈ ਆਈ ਨਹੀਂ ਆ ਗਈ ਤੇ ਬੋਲਤਾ ਪੈ, ਬੋਲੀ ਦਾ ਜਾਂ ਨਾ ਹੋਰ ਗੁਰਦੁਆਰੇ ਚ ਬੋਲਿਆ ਮਾਂ। ਓ ਭਾਈ ਜੇ ਤੂੰ ਹੌਲੀ ਬੋਲੇ ਤਾਂ ਤੈਨੂੰ ਸੁਣੇ। ਹਾਂ ਤੁਹਾਡੀ ਭੂਆ ਬਾਹ ਉੱਚੀ ਬੋਲਦਾ, ਇੰਨਾ ਉੱਚੀ ਬੋਲਦਾ ਮੈਨੂੰ ਤਾਂ ਲੱਗਦਾ ਇਹ ਅੱਖਾਂ ਕੀ ਇਹ ਕੰਨ ਵੀ ਖਰਾਬ ਕਰ ਲੂਗਾ ਆਪਦੇ। ਆਹੋ ਉੱਚੀ ਬੋਲਣ ਵਾਲੇ ਬੰਦੇ ਨੂੰ ਛੇਤੀ ਸੁਣਨਾ ਹਟ ਜਾਂਦਾ। ਹਾਂ ਫੁੱਫੜ ਜੀ ਸਤਿ ਸ਼੍ਰੀ ਅਕਾਲ। ਮੈਂ ਕਿੱਥੇ ਆ ਗਈ ਹਜੇ, ਤੈਨੂੰ ਪਤਾ ਤਾਂ ਹੈਗਾ ਇਹਨਾਂ ਨੇ ਤਾਂ ਹੋਰ ਹੀ ਸਿਆਪਾ ਖੜਾ ਕਰ ਰੱਖਿਆ। ਚੱਲ ਕੋਈ ਨੀ ਆ ਜੂਗੀ ਮੈਂ, ਪਹਿਲਾਂ ਮੇਰੀ ਗੱਲ ਤਾਂ ਸੁਣ ਲਾ। ਇੰਨਾ ਤੱਤਾ ਨਾ ਹੋਇਆ ਕਰ, ਆਹੋ ਮਾੜੀ ਜਿਹੀ ਗੱਲ ਤੇ ਭਖ ਜਾਂਦਾ। ਮੈਂ ਕਹਿੰਦੀ ਹਾਂ ਚੱਲ ਕੋਈ ਨੀ, ਤੂੰ ਗੱਲ ਸੁਣ ਮੇਰੀ, ਬੱਬੂ ਦੀ ਬਹੂ ਨਾ ਰੁੱਸ ਕੇ ਵਾਗੀ। ਹੈਂ ਚੱਲ ਕੋਈ ਨੀ, ਫਿਰ ਰੁੱਸ ਕੇ ਵੀ ਤਾਂ ਜਾਂਦੀਆਂ ਹੁੰਦੀਆਂ। ਹੁਣ ਆਪਾਂ ਐਂ ਕਹਿੰਦੇ, ਮੈਂ ਕਹਿੰਦੀ ਸੀ ਆਪਾਂ ਮਨਾ ਕੇ ਲਿਆਉਂਦੇ। ਅੱਜ ਤੱਕ ਦੱਸ ਕੋਈ ਚੱਜ ਦਾ ਕੰਮ ਹੋਇਆ ਅੱਜ ਤੱਕ? ਚੱਲ ਕੋਈ ਨੀ, ਬਸ ਹੌਲੀ ਬੋਲ, ਆ ਮੋਬਾਈਲ ਜੇ ਚੋਂ ਆਵਾਜ਼ ਬਾਹਰ ਜਾਂਦੀ ਆ। ਆਹੋ ਅਗਲਾ ਕਹਿੰਦਾ ਚੱਲ ਤੂੰ ਕੋਈ ਨੀ ਫੋਨ ਨਾ ਕੱਟ, ਆ ਲੈ ਤੇਰੀ ਭੈਣ ਨਾਲ ਹੀ ਗੱਲ ਕਰ ਲਾ। ਮੈਨੂੰ ਤਾਂ ਬੋਲਦੇ ਨੀ ਸਿੱਧੇ ਮੂੰਹ ਬਾਈ, ਤੈਨੂੰ ਦੱਸਿਆ ਤਾਂ ਹੈਗਾ। ਹਾਂ ਠੀਕ ਹੈ, ਮੈਂ ਤਾਂ ਐਂ ਕਹਿੰਦੀ ਸੀ ਵੀਰੇ, ਦੇਖੋ ਰਿਸ਼ਤੇਦਾਰੀ ਇੱਕ ਦੂਜੇ ਦੇ ਕੰਮ ਆਉਂਦੇ ਆ, ਤੂੰ ਘੁੰਮਿਆ ਫਿਰਿਆ ਆ ਵੀਰੇ, ਜੇ ਸਾਡਾ ਆਹ ਮਸਲਾ ਹੱਲ ਕਰ ਦਵੇਂ। ਬਹੂ ਜੇ ਅਖਣ ਦੀ ਰੁੱਸ ਕੇ ਚਲੇ ਗਈ ਬੱਬੂ ਨਾਲ ਲੜ ਕੇ, ਆਖੇ ਤੁਹਾਡੀ ਜ਼ਮੀਨ ਥੋੜ੍ਹੀ ਆ। ਵੀਰਾ ਮੈਂ ਤਾਂ ਉਹ ਵੇਲੇ ਨੂੰ ਪਛਤਾਉਂਦੀ ਹਾਂ ਜਦੋਂ ਮੈਂ ਤੁਹਾਡਾ ਰਿਸ਼ਤਾ ਮੋੜਿਆ ਸੀ, ਆਹ ਲਵ ਮੈਰਿਜਾਂ ਦੇ ਚੱਕਰਾਂ 'ਚ ਪਿਆ ਸੀ, ਮੈਂ ਕੀ ਕਰਦੀ? ਕਹਿੰਦਾ ਮੈਂ ਕਰਾਉਣਾ ਹੀ ਪ੍ਰੀਤ ਨਾਲ ਵਾ। ਹੁਣ ਸਾਡੇ ਭਿਉਂ ਭਿਉਂ ਕੇ ਜੁੱਤੀਆਂ ਨਾ ਮਾਰ ਵੀਰੇ, ਮੇਰੇ ਕਹੇ ਤੇ ਤੂੰ ਆ ਜਾ, ਮੇਰਾ ਕੋਈ ਹੀਲਾ ਵਸੀਲਾ ਕਰ ਦੋ, ਮੇਰਾ ਘਰ ਉੱਜੜ ਜਾਣਾ। ਚੰਗਾ ਵੀਰਾ ਸਤਿ ਸ਼੍ਰੀ ਅਕਾਲ। ਆ ਦੇਖ ਲੈ ਦੇਖ ਲੈ, ਭੈਣ ਦੇ ਖਸਮ ਦੇ ਤੇਰੇ ਕਰਤੂਤਾਂ ਨੇ ਇਹ। ਖਸਮ ਕੱਢੀ ਚੱਲ ਹਾਲੇ ਹੁਣ ਰਿਸ਼ਤੇਦਾਰਾਂ ਦੇ ਹੋਰ ਕੀ ਆ, ਪੈਠੀ ਨੂੰ ਭੰਨ ਦਿੰਦਾ ਹਰੇਕ ਜਗ੍ਹਾ। ਬੀਬੀ
ਚੋਰਾ ਲੰਗੜਾ ਲੈ ਜਹੀ ਲੈ ਜੂ ਮੇਰੇ ਦੁਆਰੇ ਲੈ ਜੇ ਮੈਂ ਦੁਬਾਰਾ ਪਵਾਰੂ ਪਹਿਲਾਂ ਮੈਨੂੰ ਇਹਦਾ ਲੈ ਜੀ ਸੈੱਟ ਕਰਨ ਦੇ ਬਿਲੇ ਇਹ ਸ਼ੀਸ਼ੇ ਹਿੱਲ ਜਾਣਗੇ ਖਾਸਮ ਦੀ ਦੀ ਨਾ ਮੇਰਾ ਵੀ ਸਿਰ ਪਾੜ ਕੇ ਤੋਰੋਗੇ ਹਾਂ ਮਕਾਰਾ ਦਿੰਦੀ ਫਿਰਦੀਆਂ ਤੂੰ ਅੱਡੀਆਂ ਮੈਂ ਪੰਚਣੀ ਕੋ ਜਾ ਕੇ ਆਈ ਸੀ ਮੈਂਬਰਨੀ ਕੋ ਟਿਕਦਾ ਮੇਰੇ ਸਾਲੇ ਦੀ ਮੈਂ ਹੁਣ ਦੇ ਦੂੰ ਤੇਰਾ ਜਿਹਾ ਜਿਹਾ ਹੈਗਾ ਹੈਗਾ ਜਿਹੇ ਜਿਹੇ ਨੂੰ ਮੈਂ ਭੈਣ ਦੇ ਖਦਲੇ ਕਲੇ ਕਸਦਾ ਤੇ ਭਾਈ ਕੀਟ ਕਹਿਮਾ ਆ ਤੁਸੀਂ ਤਾਂ ਮਾਂ ਪੁੱਤ ਨੇ ਇਹੋ ਜੇ ਸਿਆਪੇ ਖੇੜੇ ਨੇ ਨਾ ਥੋੜਾ ਤਾਂ ਘਰ ਜਮਾ ਬਰਬਾਦ ਹੋ ਗਿਆ ਬੀਬੀ ਤੂੰ ਵੀ ਨਾ ਇਹਦੀ ਗੱਲ ਕਰ ਕੁੱਤੇ ਵਾਂਗੂ ਸਵੇਰ ਦੀ ਨਿਕਲੀਆਂ ਮੈਂ ਵੀ ਘਰ ਘੁੰਮ ਕੇ ਆਈ ਆ ਨਿਕਲੇਗੀ ਮੇਰੇ ਸਲਵੇ ਨਿਕਲੇਗੀ ਬਾਈ ਜਾ ਤੇਰੇ ਲੱਛਣ ਨੇ ਤੇਰੇ ਲੱਛਣ ਚੱਜ ਦੇ ਸੀ ਤੇਰੀ ਮੈਂ ਬੇਮਾਵਾ ਬੱਚੀ ਦੀ ਭੈਣ ਨੂੰ ਡਾਂਗ ਤੇਰੀ ਨੂੰ ਮੈਂ ਉਹ ਭੈਣ ਦੇ ਖਸਮਾ ਤੇਰੀ ਮੈਂ ਬੇਮਾ ਬੱਚੜੀ ਦੀ चल फोन करता आज उस दिखाई जाऊंगे ला दस ओनू भी है ਕਾਨੂੰ ਪੰਮੀਏ ਇਹਨੂੰ ਮੈਂ ਬਜਾ ਵਰ ਕਿਹਾ ਦੀ ਵੀ ਰਿਸ਼ਤਾ ਝੂਠ ਬੋਲ ਕੇ ਨਹੀਂ ਕਰੀਦਾ ਆਉਂਦਾ ਜਵਾਕਾਂ ਦਾ ਗੱਲ ਦੇਣੀ ਪੈਂਦੀ ਹੈ ਇਹ ਤਾਂ ਅੱਜ ਨਹੀਂ ਕੱਲ ਤਾਂ ਗੱਲ ਮੂਹਰੇ ਆਈ ਉਹ ਆਈ ਸਿਆਣਿਆਂ ਦੀ ਗੱਲ ਕੌਣ ਸੁਣਦਾ ਬਾਈ ਤੈਨੂੰ ਪਤਾ ਤਾਂ ਹੈਗਾ ਅੱਜ ਕੱਲ ਤਾਂ ਹੀ ਭੁਗਤੀ ਜਾਂਦੇ ਨੇ ਖਸਮ ਨੇ ਨੀਮਾ ਚਕਾਤੇ ਨੀਮਾ ਜੀਣ ਨਹੀਂ ਦੇਣਾ ਇਹਨੇ ਸਾਨੂੰ ਘਰ ਪੱਟ ਕੇ ਸਾਹ ਲੈਣਾ ਇਹਨੇ ਨਹੀਂ ਜੀਣ ਦੇਣਾ ਸਾਨੂੰ ਫੇ ਮੈਨੂੰ ਕਹਿੰਦੇ ਕੁੱਤੇ ਵਾਂਗੂ ਮੈਂ ਭੌਂਕਦੀ ਆ ਭੌਂਕਾ ਨਾ ਤਾਂ ਹੋਰ ਕੀ ਕਰਾਂ ਮੈਨੂੰ ਬੈਠੀ ਨੂੰ ਭੌਂ ਦਿੰਦਾ ਜਦੋਂ ਮਰਜੀ ਚੱਲ ਬਸ ਕਰ ਭਾਬੀ ਕੋਈ ਨਹੀਂ ਤੇ ਕਿਆਲਾ ਮੈਂ ਮੇਰੇ ਸਾਲੇ ਸਿਰ ਪਾੜ ਦੂੰ ਇਹਦਾ ਲੰਗੜਾ ਦਾ ਮੈਂ ਸਿਰ ਖੋਲਣਾ ਹੀ ਖੋਲਣਾ ਆ ਇਹ ਚੋਰਾ ਨਹੀਂ ਛਾ ਸੁਧਰ ਸਕਦਾ ਸਾਰੀ ਉਮਰ ਉਹਨੇ ਆਪਣੀ ਭਰਜਾਈ ਰੱਖ ਰੱਖੀ ਹੁਣ ਇਹ ਸਾਡੇ ਬੁਰੇ ਹਾਲ ਕਰਦਾ ਚੱਲ ਬਸ ਕਰ ਭਾਬੀ ਹਾਂ ਖੜਦੀ ਐ ਪਹਿਲਾਂ ਤੂੰ ਮੁੰਡੇ ਦਾ ਘਰ ਬਚਾਉਂਦੀ ਬਚਾਉਂਦੀ ਲੱਗਦਾ ਆਪਦਾ ਹੀ ਤੁਸੀਂ ਖਰਾਬ ਕਰੋਗੇ ਦੇਖ ਲੈ ਪੰਮੀਏ ਜੇ ਇਹੋ ਜੇ ਕੌੜੇ ਬੋਲ ਬੋਲਦੀ ਐ ਤਾਂ ਹੀ ਬਹੂ ਭੱਜੀ ਐ ਹੈ ਤਾਂ ਹੀ ਗਈ ਐ ਮੈਨੂੰ ਐ ਨਹੀਂ ਸਮਝ ਆਉਂਦੀ ਮੇਰੇ ਸਾਲੇ ਦੀ ਇਹ ਡੇਰੇ ਤੇ ਜਾ ਧੱਕੇ ਖਾਣੀ ਜਾਂਦੇ ਨੇ ਉੱਥੇ ਕਹਿੰਦੇ ਨੇ ਕੰਮ ਦੀ ਗੱਲ ਸਿਖਾਉਂਦੇ ਡੇਰੇ ਵਾਲਾ ਬਾਬਾ ਇਹਨੂੰ ਹੈ ਆਹ ਕੁਛ ਸਿਖਾਉਂਦੇ ਇਹਨੂੰ ਜਿੰਨੀਆਂ ਇਹ ਡੇਰੇ ਜਿਹਦੇ ਸੰਗਣਾ ਸਾਥਣਾ ਨੇ ਇੱਕ ਨਹੀਂ ਰੋਟੀ ਦਿੰਦੀ ਘਰ ਵਾਲੇ ਨੂੰ ਵੀ ਚੱਲ ਕੋਈ ਨਹੀਂ ਬਾਈ ਸਾਧ ਮੂਹਰੇ ਆਏ ਹੋ ਲੱਛਣੀਆਂ ਐ ਕਰ ਕਰਕੇ ਕਰੇ ਕਹਿੰਦੀ ਮੈਂ ਬਾਬੇ ਬਾਦ ਸਾਗ ਬਣਾ ਕੇ ਲੈ ਕੇ ਜਾਊਂਗੀ ਮੈਂ ਖੋਆ ਕੱਢ ਕੇ ਲੈ ਕੇ ਜਾਊਂਗੀ ਭੈ ਸੱਜਰਾ ਝੋਟਾ ਪਲਿਆ ਹੁੰਦਾ ਬਾਬਾ ਇਹਨਾਂ ਦੇ ਖੋਏ ਕਿਉਂ ਖਾਂਦਾ ਉਹਦੇ ਅਗਲੇ ਦਿਨ ਮੈਂ ਸਭੀ ਬਦਾਮ ਖਾਂਦੀਆਂ ਵਾਹ ਖਾਂਦੀਆਂ ਬਦਾਮ ਨਾਲੇ ਹੋਰ ਚੌਰਾ ਕਿਤੇ ਥਾਂ ਦਾ ਭੈ ਜਨਾਨੀਆਂ ਬਗਾੜ ਕੇ ਲੋਕਾਂ ਦੀਆਂ ਤੂੰ ਆਪਦਾ ਨਾ ਬੈਠ ਕੇ ਟਾਈਮ ਜਿਹਾ ਪਾਸ ਕਰ ਲੈ ਇੱਕ ਮਹੀਨਾ ਆਹੋ ਕਿਹੜਾ ਟਾਈਮ ਪਾਸ ਕਰ ਦੇਣਗੇ ਪੰਮੀਏ ਮੈਂ ਤਾਂ ਬਈ ਪੰਜ ਸੱਤ ਦਰੇ ਦੇ ਮੂੰਹ ਕਿ ਨਹੀਂ ਦੇਖਦਾ ਹੈ ਮੈਂ ਤਾਂ ਨੀਵ ਰੱਖ ਦਾ ਖੂਹ ਟੋਬਾ ਗੰਦਾ ਕਰ ਦੂੰਗਾ ਉਹਦਾ ਬਈ ਕਾਹਨੂੰ ਖੂਹ ਟੋਬਾ ਗੰਦਾ ਕਰ ਦੇਗਾ ਚੱਲ ਤੂੰ ਮਹੀਨਾ ਉੱਥੇ ਮੇਰੇ ਕੋਲੇ ਲਾਇਆ ਕਰਨੀ ਪਊਗਾ ਬਈ ਕਰਨੀ ਪਊਗਾ ਮੈਨੂੰ ਜਿਹਨੇ ਲੱਛਣ ਨੇ ਜਿਹੇ ਜਿਹਨੇ ਦੇ ਨਾਲੇ ਬਈ ਮੈਂ ਤੈਨੂੰ ਗੱਲ ਦੱਸਦੀ ਆ ਆ ਪੈਸਿਆਂ ਦੀ ਗੱਲ ਸਿੰਮੂ ਦੇ ਪਾਪੇ ਕੋਲੇ ਨਾ ਕਰ ਦਿਓ ਕਿਤੇ ਮਾਰ ਦਿਓ ਕਿਤੇ ਜੀਵ ਸਾਰਾ ਟੱਬਰ ਮੈਂ ਤਾਂ ਉਹਨੂੰ ਗੇੜ ਜਿਹਾ ਪਾ ਕੇ ਐਂ ਕਿਹਾ ਹੋਇਆ ਵੀ ਭਾਈ ਉੱਥੇ ਵਿਆਜ 'ਤੇ ਦਿੱਤੇ ਆ ਕਿਸੇ ਨੂੰ ਆਹੋ ਕਿਤੇ ਕੰਪਨੀਆਂ ਦਾ ਨਾਂ ਲੈ ਦਿਓ ਉਹ ਤਾਂ ਕੰਪਨੀਆਂ ਦਾ ਨਾਂ ਸੁਣ ਕੇ ਉਈ ਛਾਲ ਮਾਰਦਾ ਮੈਂ ਤਾਂ ਦੱਸਿਆ ਨਹੀਂ ਹੋਇਆ ਕੰਪਨੀ ਬਾਰੇ ਨਹੀਂ ਨਹੀਂ ਮੈਂ ਨਹੀਂ ਦੱਸਿਆ ਹੈਗਾ ਹੋਰ ਕੀ ਕਿਹਾ ਤੈਨੇ ਮੈਂ ਤਾਂ ਕਿਹਾ ਪਿੰਡ 'ਚ ਕਿਸੇ ਨੂੰ ਵਿਆਜ 'ਤੇ ਦਿੱਤੇ ਨੇ ਹਾਂ ਚੱਲ ਕੋਈ ਨਾ ਉਹਦਾ ਕੰਪਨੀ ਨੇ ਪੈਸੇ ਦੇ ਭਾਈ ਪੰਮੀਏ ਤੇਰੇ ਆਉਣਗੇ ਖੈਰ ਉਹਦੀ ਜ਼ਿੰਮੇਵਾਰੀ ਤਾਂ ਮੈਂ ਉੱਟੀ ਹੈ ਚਾਹੇ ਭਾਈ ਮੈਂ ਉਹਦੀ ਜ਼ਮੀਨ ਵੇਚ ਕੇ ਦੇਵਾਂ ਹੈ ਚਾਹੇ ਮੈਂ ਜੋ ਮਰਜ਼ੀ ਜਿੰਦ ਜਾਨ ਵੇਚਾਂ ਠੀਕ ਹੈ ਉਹ ਮੈਂ ਤੇਰੇ ਦੇ ਦੂੰਗਾ ਕੇਰਾ ਇੱਧਰੋਂ ਮੇਰੀ ਭੈਣ ਬਣ ਕੇ ਮੇਰਾ ਇੱਧਰੋਂ ਹੱਥ ਕਢਾ ਮੇਰੇ ਚੱਕੀ ਦੇ ਪੁੜਾਂ 'ਚੋਂ ਚੱਲ ਕੋਈ ਨਹੀਂ ਬਾਈ ਕੋਈ ਨਹੀਂ ਸਾਰਾ ਕੁਝ ਹੀ ਠੀਕ ਹੋ ਜਾਊ ਮੈਂ ਤਾਂ ਰਿਸ਼ਤੇਦਾਰੀ 'ਚ ਸੌਂ ਲੱਗੇ ਬਦਨਾਮ ਇੰਨਾ ਹੋ ਗਿਆ ਨਾ ਇਹ ਮੇਰੇ ਸਾਲੇ ਦੇ ਬੱਚੀ 'ਚੋਂ ਜਵਾਕਾਂ ਕਰਕੇ ਇਹਨਾਂ ਕਰਕੇ ਮੈਂ ਤਾਂ ਕਿਸੇ ਦੇ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ ਹੈਗਾ ਕਿਤੇ ਮੂੰਹ ਦਿਖਾਉਣ ਜੋਗਾ ਰਿਹਾ ਹਾਂ ਇਦੂ ਨਾਲੋਂ ਤਾਂ ਭਾਵੇਂ ਤੁਸੀਂ 10 ਪੜੀ ਲੈ ਲੈਂਦੇ ਬਹੂ ਹੈ ਕੋਈ ਰਿਸ਼ਤੇਦਾਰੀ 'ਚੋਂ ਲੈਣਾ ਸੀ ਕੋਈ ਹਟੇ ਨਹੀਂ ਹਟੇ ਨਹੀਂ ਹਟੇ ਨਹੀਂ ਮਾਂ ਪੁੱਤ ਕਹਿੰਦੇ ਆਹ ਕਿ ਲਵ ਮੈਰਜਾਂ ਕਰਾਵਾਂਗੇ ਲਵ ਮੈਰਜਾਂ ਕਰਾਵਾਂਗੇ ਝੋਤੇ ਬਣੇ ਨੇ ਲਵ ਮੈਰਜਾਂ ਦੇ ਭਲਾ ਕਦੇ ਲਵ ਮੈਰਜ ਵਾਲੀਆਂ ਟਿਕੀਆਂ ਨੇ ਹੁਣ ਤੱਕ ਕਿਸੇ ਨੂੰ ਰੋਟੀ ਦਿੱਤੀ ਹੈ ਕਦੇ ਸੱਸ ਸਹੁਰੇ ਨੂੰ ਹੈ ਜਿਹੜਾ ਹੁਣ ਤੁਹਾਨੂੰ ਮਿਲਣਗੇ ਥਾਲ 'ਚ ਧਰ ਕੇ ਤੂੰ ਐਂ ਕਰ ਜਵਾਕ ਜੀ ਨੂੰ ਕਹਿ ਕੇ ਬਈ ਨਲ ਤਾਂ ਬਿਸਕੁਟ ਬੁਸਕੁਟ ਮੰਗਾ ਲੈ ਤੇਰੇ ਵਾਲਿਆ ਕੋਈ ਬੱਤਾ ਬੁੱਤਾ ਮੰਗਾ ਲੈ ਪ੍ਰਾਹੁਣਾ ਬੱਤਾ ਪੀਂਦਾ ਹੁੰਦਾ ਆਪਣਾ ਕੇ ਇਹ ਕਹੂਗਾ ਭਾਈ ਇੱਥੇ ਤੈਨੂੰ ਕਹੂਗਾ ਵੀ ਸੇਵਾ ਪਾਣੀ ਨਹੀਂ ਕਰਿਆ ਕੋਈ ਚੱਲ ਮੰਗਾ ਭਾਜੀ ਆ ਮੰਗਾ ਲੈ ਮੈਨੂੰ ਤਾਂ ਲੱਗਦਾ ਤੁਸੀਂ ਮੇਰੀ ਵੀ ਗੁੱਤਨੀ ਪਟਾਓਗੇ ਉਹ ਤਾਂ ਉਈ ਨਹੀਂ ਚੱਜਦਾ ਮੈਨੂੰ ਤਾਂ 100 ਗੱਲ ਸੁਣਾਉਂਦਾ ਇੱਕ ਦੀ ਹੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਤੂੰ ਹੈਗਾ ਨਾ ਇਹਨੂੰ ਮੇਰੇ ਸਾਲ ਕਣੀ ਨੂੰ ਨਰਕ ਦਾ ਦਵਾਰ ਦਿਖਾ ਇਹਨੂੰ ਤੇ ਚੱਲ ਬਾਈ ਜਿਉਂਦੇ ਜੀਦੇ ਦੇ ਕੀੜੇ ਪੈਣੇ ਦੇ
ਕਿਉਂ ਆਪਦੀ ਜ਼ੁਬਾਨ ਗੰਦੀ ਕਰਦਾ ਜਾਉਂਦੇ ਜੀ ਦੇ ਕੀੜੇ ਨਾ ਪੈਣ ਐਡੇ ਐਡੇ ਪੈਣ ਸੱਪਾਂ ਜਿਹੜੇ 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 ਖਸਮ ਜੀ ਨੇ ਲਹੂ ਪੀ ਲਿਆ ਉਹ ਮੇਰਾ ਪਿਸ਼ਾਬ ਕਰਕੇ ਆਵਾਂ ਮੈਂ ਦੇਖਾ ਸੁਣਦਾ ਆਹ ਤੇਰਾ ਮੋਬਾਈਲ ਮਗਲੈਲ ਜਾ ਪਿਆ ਭਾਈ ਮੁੰਡਾ ਜਾ ਵੀ ਸਾਰਾ ਦਿਨ ਉੱਤੇ ਹੀ ਬੈਠਾ ਰਹਿੰਦਾ ਗਾ ਕੋਠੇ 'ਤੇ ਹੈਂ ਮੈਂ ਪੁੱਛਦੀ ਹਾਂ ਵਿੱਚੋਂ ਕੋਈ ਹੋਰ ਗੱਲ ਹੋਊਗੀ ਵਿੱਚੋਂ ਕਿਹੜਾ ਦੱਸਦੇ ਨੇ ਜਵਾਕ ਜੀ ਅੱਜ ਕੱਲ੍ਹ ਦੇ ਬੱਬੂ ਬੇ ਬੱਬੂ ਹਾਂ ਬੂਆ ਪੁੱਤ ਇੱਥੇ ਖੜਾਂਗਾ ਉਹੀ ਖੜ ਗਿਆ ਧੁੱਪ ਜੀ ਨਿਕਲ ਗਈ ਤੀਰਾ ਹੋਰ ਵੀ ਸਾਰਾ ਦਿਨ ਇਹ 'ਚ ਕੀ ਉਂਗਲਾਂ ਮਾਰਦਾ ਰਹਿੰਦਾ ਤੂੰ ਹੈਂ ਕੀ ਕੱਢਦਾ ਇਹ 'ਚੋਂ ਐਸੇ ਨਹੀਂ ਘਰ ਪੱਟਿਆ ਤੇਰਾ ਕੀ ਹੋ ਗਿਆ ਬੂਆ ਵੀ ਹੋਇਆ ਤਾਂ ਕੁਛ ਨਹੀਂ ਬੱਬੂ ਊਂ ਜੇ ਤੂੰ ਗੁੱਸਾ ਨਾ ਕਰੇ ਪੁੱਤ ਮੈਂ ਤੈਨੂੰ ਇੱਕ ਗੱਲ ਪੁੱਛਦੀ ਹਾਂ ਹੈਂ ਤੂੰ ਮੈਨੂੰ ਐਂ ਦੱਸ ਵਿੱਚੋਂ ਗੱਲ ਕੀ ਹੈ ਤੁਹਾਡੀ ਦੋਹਾਂ ਜੀਆਂ ਦਾ ਇਹੋ ਜਿਹਾ ਕੀ ਟਿੱਟ ਪੈ ਗਿਆ ਮੈਂ ਤਾਂ ਬੂਆ ਕੁਛ ਕਹੀ ਨਹੀਂ ਹੈਗਾ ਉਹਨੂੰ ਉਹਦਾ ਜ਼ਮੀਨ ਜ਼ਮੀਨ ਕਰੀ ਜਾਂਦੀ ਤੀ ਉਹਦੇ ਉਹ ਨੂਰ ਦੀ ਬੀਬੀ ਆਈ ਹੈਗੀ ਜਿਹੜੀ ਮੇਰੀ ਬੀਬੀ ਨਾਲ ਜਾਂਦੀ ਹੁੰਦੀ ਹੈਗੀ ਸਤਸੰਗ ਸੁਣਨ ਉਹਨੇ ਪਤਾ ਨਹੀਂ ਕੀ ਉਹਨੂੰ ਲੁੱਤੀ ਲਾ ਦਿੱਤੀ ਉਹਦੇ ਉਹਦੇ ਤੋਂ ਮੂੰਹ ਮੋਟਾ ਕਰੀ ਫਿਰਦੀ ਤੀ ਆਨੇ ਬਹਾਨੇ ਲੜਨ ਲੱਗ ਜਾਂਦੀ ਕਿਤੇ ਮੈਨੂੰ ਖੇਤ ਦਿਖਾ ਕੇ ਲਿਆ ਕਿਤੇ ਮੈਨੂੰ ਰਿਸ਼ਤਰੀ ਦਿਖਾ ਕੇ ਨੇ ਕੀਲੇ ਨੇ ਵੀ ਦੇਖ ਬੱਬੂ ਮੈਂ ਤੈਨੂੰ ਪੁੱਤ ਗੋਦੀ ਚੱਕ ਚੱਕ ਪਾਲਿਆ ਗਾ ਹੈਂ ਮੈਂ ਤੈਨੂੰ ਐਂ ਪੁੱਛਦੀ ਹਾਂ ਵੀ ਆਹ ਲੱਭ ਲੁੱਭ ਜੇ ਤਾਂ ਚਾਰ ਦਿਨਾਂ 'ਚ ਹੀ ਖਤਮ ਹੋ ਜਾਂਦੇ ਨੇ ਵੀ ਤੂੰ ਤਾਂ ਨਹੀਂ ਕਿਤੇ ਹੋਰ ਗੱਲਾਂ ਬਾਤਾਂ ਕਰਦਾ ਭੂਆ ਮੈਂ ਇਹੋ ਜਿਹਾ ਥੋੜ੍ਹੀਆਂ ਇਹੋ ਜਿਹਾ ਮੈਂ ਕਿਉਂ ਗੱਲਾਂ ਕਰੂੰਗਾ ਜਦੋਂ ਮੈਂ ਲਵ ਮੈਰਿਜ ਉਹਦੇ ਨਾਲ ਕਰਾਈ ਆ ਮੈਂ ਹੋਰ ਨਾਲ ਕਿਉਂ ਧੱਕੇ ਖਾਊਂਗਾ ਵੀ ਕਿਹੜੇ ਅੱਜ ਕੱਲ੍ਹ ਦੇ ਲਵ ਲੁੱਭ ਨੇ ਇਹ ਤੁਹਾਡੇ ਹੈਂ ਇਹ ਤਾਂ ਇੱਕ ਖੇਡ ਬਣਾ ਰੱਖਿਆ ਤੁਸੀਂ ਗੁੱਡਾ ਗੁੱਡੀ ਦੀ ਅੱਜ ਇੱਥੇ ਕੱਲ੍ਹ ਨੂੰ ਇੱਥੇ ਜ਼ਮੀਨ ਦਾ ਸਿਆਪਾ ਪਿਆ ਹੋਇਆ ਉਹਦਾ ਬੁੜੀਆਂ ਦੀ ਕਹਿੰਦੇ ਗੁੱਤ ਪਿੱਛੇ ਮੱਤ ਹੁੰਦੀ ਹੈਗੀ ਕਹਿੰਦੀ ਜ਼ਮੀਨ ਦਿਖਾ ਕੇ ਲਿਆ ਹਿੰਡ ਫੜ ਰੱਖੀ ਸੀ ਉਹਨੇ ਹੁਣ ਜ਼ਮੀਨ ਭੂਆ ਮੈਂ ਤਾਂ ਦਿਖਾਉ ਜੇ ਉਨੇ ਕਿੱਲੇ ਹੋਣਗੇ ਵੀ ਫਿਰ ਕਿਉਂ ਗੱਪ ਮਾਰਿਆ ਸੀ ਹੈ ਕਿਉਂ ਗੱਪ ਮਾਰ ਕੇ ਅਗਲੀ ਨੂੰ ਇੱਥੇ ਛੱਡ ਕੇ ਲਿਆਂਦਾ ਤੁਸੀਂ ਕੋਲ ਵਾਂਗੂ ਉਹਦਾ ਭਾਈ ਨਹੀਂ ਮੰਨਦਾ ਦੀ ਭੂਆ ਤਾਂ ਗੱਪ ਮਾਰਿਆ ਤੇ ਉਹਦਾ ਵਿਚਾਰੀ ਕੁਛ ਕਹਿੰਦੀ ਨਹੀਂ ਹੈਗੀ ਉਹਦਾ ਨਰਮੀ ਵਾਲੀ ਉਹਦਾ ਉਹਨਾਂ ਦੇ ਹੁਣ ਪਿੱਛੇ ਲੱਗ ਗਈ ਪਤਾ ਨਹੀਂ ਕਿਉਂ ਵੀ ਮੈਂ ਤਾਂ ਤੈਨੂੰ ਤਾਂ ਪੁੱਛਦੀ ਹਾਂ ਜੇ ਕੋਈ ਗੱਲਬਾਤ ਆ ਤਾਂ ਇੱਥੇ ਦੱਸ ਦਿਉ ਹੈਂ ਆਹ ਤੇਰਾ ਫੁੱਫੜ ਤਾਂ ਉੱਥੇ ਮੇਰੀ ਗੁੱਤ ਫੜ ਲੂਗਾ ਜੇ ਕੋਈ ਵਿੱਚੋਂ ਹੋਰ ਗੱਲ ਨਿਕਲੀ ਕੋਈ ਨਾ ਭੂਆ ਕੋਈ ਗੱਲ ਨਹੀਂ ਹੈਗੀ ਮੇਰੀ ਵੀ ਆਹ ਗੇਟ ਜਿਹਾ ਖੜਕਦਾ ਗੱਲ ਮੈਂਬਰ ਨਹੀਂ ਆਈ ਹੈਗੀ ਆ ਕੋਈ ਬੁੜੀ ਆ ਗਈ ਅੱਛਾ ਮੈਂਬਰ ਨਹੀਂ ਆ ਗਈ ਚੱਲ ਆ ਜਾਵੇ ਕੋਈ ਭੂਆ ਇਹੀ ਜਿਹੀ ਗੱਲ ਨਹੀਂ ਹੈਗੀ ਉਹਦਾ ਬਸ ਜ਼ਮੀਨ ਦਾ ਸਿਆਪਾ ਹੁਣ ਜ਼ਮੀਨ ਦੱਸ ਮੈਂ 7 ਕਿੱਲੇ ਕਿੱਥੋਂ ਲਿਆਵਾਂ ਮੈਂ ਤਾਂ ਬਥੇਰੀ ਉਰੋਂ ਖੜ ਖੜ ਕੇ ਦਿਖਾਈ ਆ ਮਹਾਂ ਉਹ ਕਿੱਲਾ ਆਪਣਾ ਉਹ ਕਿੱਲਾ ਆਪਣਾ ਮੰਨਦੀ ਨਹੀਂ ਪਤਾ ਨਹੀਂ ਕੀ ਉਹਦੇ ਸਿਰ 'ਚ ਪੁੱਠਾ ਠੀਕਰਾ ਵੱਜ ਗਿਆ ਵੀ ਪੁੱਠਾ ਠੀਕਰਾ ਤਾਂ ਤੁਹਾਡੇ ਸਾਰੇ ਟੱਬਰ ਦੇ ਵੱਜ ਰਿਹਾ ਭਾਈ ਤੁਹਾਡਾ ਵਾਰੀ ਸੋਹਣਾ ਹੈਗਾ ਹੋਰ ਫਿਰ ਮੈਂ ਕਿਹਾ ਜਤਮ ਜੁੱਤੀ ਹੋ ਕੇ ਜ਼ਰੂਰ ਵੰਡੇ ਪਾਉਣੇ ਦੋਨਾਂ ਭਰਾਵਾਂ ਨੇ ਬੈਠ ਕੇ ਨਹੀਂ ਵੰਡੇ ਪਾ ਲਏ ਸੀ ਪਿੰਡ ਵਾਲਾ ਘਰ ਫਿਰ ਰਾਜ ਨੂੰ ਦੇਤਾ ਅੱਛਾ ਇੱਥੇ ਫਿਰ ਅਸੀਂ ਆ ਗਏ ਚਲੋ ਤਾਂ ਮੈਂ ਡਿੱਗਣਾ ਹੀ ਸੀ ਕੱਚਾ ਹੀ ਸੀ ਘਰ ਹੋਰ ਕੱਚਾ ਸੀ ਮਿੱਟੀ ਹਾਂ ਇਹ ਤਾਂ ਲੈ ਸਕਦਾ ਉਹ ਮਿੱਟੀ ਲਾਉਣ ਦੀ ਪੋਰਾ ਲੋੜ ਨਹੀਂ ਸੋ ਹੋਰ ਹਾਂ ਠੀਕ ਹੈ ਲੈ ਪੰਮੀ ਆ ਗਈ ਹੈ ਹਾਂ ਜੀ ਹਾਂ ਹੋਰ ਜਵਾਕ ਠੀਕ ਹੈ ਨਾ ਬਈ ਤੇਰੇ ਠੀਕ ਨੇ ਬਾਬੇ ਤੁਸੀਂ ਦੱਸੋ ਪਰਿਵਾਰ ਤਾਂ ਠੀਕ ਹੈ ਹਾਂ ਸਾਰੇ ਠੀਕ ਨੇ ਚੰਗਾ ਬਹਿ ਜਾ ਇੱਥੇ ਬੀਬੀ ਮੈਂ ਕੁਰਸੀ ਲਿਆਉਣੀ ਕੋਈ ਨਹੀਂ ਕੋਈ ਨਹੀਂ ਬੈਠ ਜਾ ਮੈਂ ਸਵੇਰੇ ਤਾਂ ਤੁਹਾਨੂੰ ਕੋਈ ਗੱਲ ਦੱਸੀ ਨੀ ਅੱਛਾ ਹੁਣ ਦੱਸੋ ਫਿਰ ਕੀ ਹੋ ਗਿਆ ਬਸ ਜੀ ਬੱਬੂ ਦੀ ਬਹੂ ਰੁੱਸ ਕੇ ਗਈ ਉਹ ਕੀ ਗੱਲ ਕੁੜੇ ਕਾਹਤੋਂ ਵੱਗ ਗਈ ਉਹ ਹੋਰ ਕਹਿੰਦੀ ਜ਼ਮੀਨ ਥੋੜੀ ਆ ਅੱਛਾ ਹਾਂ ਜ਼ਮੀਨ ਤਾਂ ਭਾਣੇ ਫਿਰ 2 ਸਾਲ ਹੋ ਗਏ ਨੂੰ ਵਿਆਹੀ ਨੂੰ ਉਦੋਂ ਵੀ ਉਨੀ ਉਹ ਅੱਜ ਵੀ ਉਨੀ ਹੈ ਜ਼ਮੀਨ ਕਿਹੜਾ ਹੁਣ ਫਿਰ ਬਦਲ ਗਈ ਬਸ ਉਹਦਾ ਭਰਾ ਲੂਤੀਆਂ ਲਾਉਣੋਂ ਨਹੀਂ ਹਟਦਾ ਉਂਗਲਾਂ ਲਾਉਂਦਾ ਉਹਨੂੰ ਬਸ ਜੀ ਭਰਾ ਨੇ ਉਹਦੇ ਨੇ ਘਰ ਪੱਟ ਦੇਣਾ ਕਿ ਜ਼ਮੀਨ ਮੈਨੂੰ ਦਿਖਾਓ ਮੈਨੂੰ ਫਰਦਾਂ ਦਿਖਾਓ ਮੈਨੂੰ ਆਹ ਕਰੋ ਮੈਨੂੰ ਤੁਸੀਂ ਫਿਰ ਉਦੋਂ ਦੇਖਣੀ ਤੀ ਫਰਦ ਬਥੇਰਾ ਕੁਛ ਹੋਇਆ ਹੁਣ ਰੁੱਸ ਕੇ ਵੱਗ ਗਈ ਲੈਣ ਜਾਣਾ ਉਹਨੂੰ ਤਾਂ ਮੈਂ ਤੇਰੇ ਲਵੇ ਗਈ ਸੀ ਮੈਂ ਤਾਂ ਘਰ ਬੁਲਾਇਆ ਸੀ ਤੁਹਾਨੂੰ ਵੀ ਆ ਜਿਓ ਘਰ ਨੂੰ ਪੰਮੀ ਭੈਣ ਵੀ ਆਈ ਆ ਹੁਣ ਇਹਦੇ ਪਰਾਉਣੇ ਨੂੰ ਵੀ ਬੁਲਾਇਆ ਠੀਕ ਹੈ ਭੈਣੇ ਜਿੱਦੇ ਤੁਸੀਂ ਕਹੋਗੇ ਅੱਦੇ ਵਕਤ ਚੱਲਾਂਗੇ ਹੋਰ ਜਮੇਰ ਸਿੰਘ ਲੜਵੇ ਸੀ ਉਹ ਵੀ ਆਊਗਾ ਮੈਂ ਕਿਹਾ ਚਲੋ ਆਪਣੇ ਭੈਣ ਭਾਈ ਹੁੰਦੇ ਆ ਹਾਂ ਹੈਨਾ ਇੰਨੀ ਕੁ ਗੱਲ ਤੇ ਨਹੀਂ ਭਾਬੀ ਗਈ ਬਹੂ ਤੈਨੂੰ ਮੈਂ ਦੱਸਦੀ ਆ ਸਾਰੀ ਗੱਲ ਹਾਂ ਦੱਸ ਸੱਚ ਦੱਸ ਭਾਬੀ ਹਾਂ ਅਗਲਾ ਵੀ ਜਾ ਕੇ ਗਾਹਾਂ ਕੋਈ ਜਵਾਬ ਦਿੰਦਾਗਾ ਹਾਂ ਸਹੀ ਗੱਲ ਹੈ ਦੱਸੋ ਭਾਈ ਕੀ ਗੱਲ ਹੈ ਇਹ ਆ ਭਾਬੀ ਮੁੰਡੇ ਦੀ ਲਵ ਮੈਰਿਜ ਆ ਸਾਡੇ ਦੀ ਅੱਛਾ ਬੱਬੂ ਦੀ ਫੇਰ ਹਾਂ
झूठ सच बोल के करा जे दोने मर जाते मेन देखण नू की आ सौ सुखा का मैं तिना तो बाद मुंडा लिया सी। चल वैसे फिर हुण कहड़ा ते घट गई दो साल की भी ओनी थी हूं भी ओनी है तू हुण आपदे हिसाब नाल गल संभाल ली तेरी तां है सानू पता गा है पिंड च देख ला इन्नी ओह हैगी महिमा गी भी भाई हरेक दा कम संभार कोई ना आपां बहू नूं लिया मांगे संभार है जिदे तुसी कहोगे उदे आपां बहू नूं लैके आवांगे। मैं तां अज ना उत्थे मंडी च इकट्ठ हैगा मैंबर सरपंचां दा उधर जाणा हैगा भाभी आपां कल नूं ही लैके आवांगे जे अज टाइम नाल आ गया ना बस दा बब्बू दा फुफड़ तां फिर आपां अज ही वग चलांगे। हां पूरे ने अणका का तो ला लिया इहने लेंज दा लेंज पवाया। अच्छा दस्सिया ही नहीं फिर बह जा होर किवें पूरे वधिया पाई ओ तां तां फिर दस्सिया ही नहीं अखां दा लेंज पवा लिया सरपंच आया थी मैनू कहना भी आप साझा जो लवाया कहना कंप जा लवा जो तुम ने अच्छा हाँ हाँ मैं फिर उत पवा लिया करन देने। अच्छा फिर हूँ निगाह बन गई तेरी। हाँ निगाह तो बन गई है मैं हूँ वधिया दिखने लग गया कर। चल वधिया होगा शुकर है करा ली। भैन जी चाह बनावा मैं ना बस मैं ना उत्थे जाना मंडी च कट्ठ सरपंच मेंबरां दा ठीक है मैं तैयारी रख गल सुन लिया तैयारी रखी कोई गल नहीं जिद्दां तू कहेंगे बन उद लिया मांगे आपां बहू नूं। हाँ जी कल नूं चलांगे अपना नाल तां परौणा आ रिहा ठीक है कलंक ला गई ना बस पूरे उत्थे जाना मंडी च उत्थे मेंबर सरपंचा दा इकट्ठ अज रोटी बना लैने फिर ना बस मैं हुण खा के आई आ। चल ठीक है भैन जी जरूर सवेर नूं फिर तैयारी रखांगे असीं थोनों ही कहा घर दा मेंबर करके जरूर आ छड्डियां दा बब्बू चाची नूं चल कोई ना पूरे समय तां तुरकी भाग जूंगी ना कोई नहीं बब्बू छड्ड के आंदा कोई चल कक्का छड्ड के हां कोई ना तू झूठ दी पंड है नी मैं आए गए ते लापन दा पंकण तेरा सोना भाई आजूगा ऐ तां ओ करदे ही हुंदा ओदे ऊ ही आदत आ पैर खचाउण दी आहो मैं कहना दवारों देख ले टेलीफोन जा करके आजूगा खेजूगा सिद्धे मुंह नु तां उदो नहीं सी बोलदा ओ हां आजूगा मुड़ हुण मैं तां करी जानियां जी बड़ाई दा भुखा गा जी मेरे पैर खिचण कोई गल नहीं आजूगा बथेरा ना ऐ तां अपने पग पुग लवा दांगे। चल कोई नी बी चंगा बथेरा कलेस हुंदा बचिया गा हां ना ये चजदी है आकड़ छड़दा डेरियां तू वेल नी अरे मर ला सारी सलवार अग ला के रखती थुक ना लवेड़ती मर जांदी तेनू पता नहीं जदों मैनू बलगम आउंदी है तेन बलगम पाड़ दमा तेरा सिर चूरन दी भैदा बटदा उठी जाता ढिड गड़ू गड़ू जला हौली नहीं होंगे ढिड कौड़ तूबे का चूरन दे दी मर जा कब्जी हुई पी है आख पादी कर आख खोल ल पाता दे समार के पाती बथेरी पैगी इत्थे भाभी आ बब्बू नु कह के बत्ता बुत्ता जा मंगा लेंदे हां ओन तां भाई शौक आ खाण पीण दा हां कोई नहीं मंगा लन्नी आ आउंदा के आया फोन वीरे दा आजूगा आजूगा ओ मैनू पता ओदा सारा आहो
ਅੱਛਾ ਚੱਲ ਉਹ ਮੈਂਬਰਨੀ ਨੂੰ ਛੱਡ ਕੇ ਆਉਂਦਾ ਬੱਬੂ ਮੈਂ ਮੰਗਾਉਣੀ ਆ ਪਹਿਲਾਂ ਖਿਆਲ ਨਹੀਂ ਕੀਤਾ ਪਹਿਲਾਂ ਹੀ ਪੈਸੇ ਦੇ ਦੇਣੇ ਸੀ ਕਹਿੰਦੀ ਕੁਛ ਕਰਦੀ ਕੁਛ ਆ ਗਿਆ ਸਿੰਮੂ ਦੇ ਬਾਪੇ ਆ ਕਿਹੜਾ ਪਿਆ ਗਾ ਪੂਰਾ ਜਲ ਇੱਥੇ ਇਹ ਤਾਂ ਬਾਈ ਪੂਰਾ ਪਿਆ ਗਾ ਕੀ ਗੱਲ ਹੋ ਗਈ ਦਿਨੇ ਡੱਕਿਆ ਪਿਆ ਅੱਜ ਇਹ ਕਾਹਨੂੰ ਦਿਨੇ ਡੱਕਿਆ ਪਿਆ ਇਹਦਾ ਤਾਂ 20 ਦਿਨਾਂ ਦਾ ਪਰਹੇਜ ਰਖਾਇਆ ਅੱਖਾਂ ਦੇ ਸ਼ੀਸ਼ੇ ਜੇ ਪਵਾਏ ਨੇ ਮੈਨੂੰ ਤਾਂ ਨਹੀਂ ਲੱਗਦਾ ਵੀ ਸ਼ੀਸ਼ੇ ਪਵਾਏ ਨੇ ਬਾਈ ਪੂਰਾ ਮੈਨਕਾਂ ਹੀ ਲਾ ਰੱਖੀਆਂ ਨੇ ਪੂਰਾ ਉਹ ਲੈਂਚ ਜਾ ਪਾਇਆ ਮੈਂ ਤਾਂ ਅੱਛਾ ਠੀਕ ਠਾਕ ਹੈ ਹਾਂ 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 ਕੀ ਗੱਲ ਖਾਸੀ ਘਟ ਗਈ ਤੇਨੇ ਹੋਰ ਕੰਜਰ ਦੀ ਚਿੱਟਾ ਮੂਤੀ ਉਤਰਾ ਮੇਰੀ ਤਾਂ ਅੱਖ ਦੇ ਵਿੱਚ ਹਾਂ ਸਰਪੰਚ ਉਰੀ ਆ ਗਏ ਕਹਿੰਦੇ ਕਰਾ ਲੈ ਪੂਰਿਆਂ ਨਿਗਾਹ ਕਰਾ ਲੈ ਅੱਛਾ ਲੈਂਚ ਜਾ ਪਾਦਾ ਡਾਕਟਰ ਕਹਿੰਦਾ ਜੇ ਹੁਣ ਲੈਂਚ ਪੈ ਕੇ ਨਿਗਾਹ ਬਣ ਗਈ ਤੇਰੀ ਬਣ ਗਈ ਮੁੜ ਕੇ ਨਿਗਾਹ ਨਹੀਂ ਸਤਿ ਸ਼੍ਰੀ ਅਕਾਲ ਭੈਣੇ ਹੋਰ ਠੀਕ ਆ ਬੰਟੀ ਡਾਕਟਰ ਆਇਆ ਜੀ ਸੰਗਰੂਰ ਵਾਲਾ ਹਾਂ ਇਹੋ ਜਿਹਾ ਲੈਂਚ ਪਾਇਆ ਮੇਰੇ ਤਾਂ ਨਿਗਾਹ ਭੈਣ ਦਾ ਬੈਟਰੀ ਵਰਗੀ ਕਰਤੀ ਹੁਣ ਨਿਗਾਹ ਫਿਰ ਕਿਵੇਂ ਹੈ ਨਿਗਾਹ ਵਧੀਆ ਮੈਨੂੰ ਤਾਂ ਹੋ ਸਪੈਦੇ ਦੇ ਭੈਣਾ ਟੂਸੇ ਵੀ ਦਿੰਦੇ ਨੇ ਤਾਂ ਹਾਲੇ ਅੱਛਾ ਹੋਰ ਆ ਫਿਰ ਤਾਂ ਪੂਰੀ ਵਧੀਆ ਬਣ ਗਈ ਹਨਾ ਮੈਂ ਕਿਹਾ ਬਹੁਤ ਵਧੀਆ ਨਿਗਾਹ ਬਣ ਗਈ ਵੀਰੇ ਚਾਹ ਕਰ ਲਾ ਬੱਤਾ ਹੀ ਪਿਆ ਦੀ ਬੱਤਾ ਜੀ ਲਿਆ ਦੇ ਭਾਬੀ ਕੇਰਾ ਫੇਰ ਕਰ ਲਈ ਚਾਹ ਪੱਕੇ ਮਿੱਠੇ ਵਾਲੀ ਕਰ ਲਈ ਆਹੋ ਹਾਂ ਚੰਗੀ ਪਾ ਲਈ ਪੱਤੀ ਜੀ ਤਾਂ ਕਰ ਲਈ ਜੀ ਚਾਹ ਪੀ ਲਈ ਠੀਕ ਹੈ ਕਾਰੋਬਾਰ ਵਧੀ ਚੱਲੀ ਕਾਰੋਬਾਰ ਠੀਕ ਚੱਲੀ ਜਾਂਦਾ ਸਮਾਨ ਜਿਆ ਲੈ ਕੇ ਆਇਆ ਤੀ ਮਸ਼ੀਨਾਂ ਦਾ ਜਿੱਥੋਂ ਡਿੱਬੇ ਤੋਂ ਅੱਛਾ ਇਹਦੇ ਧਮਾਨ ਵਾਲਿਆਂ ਦੇ ਹਾਂ ਧਮਾਨ ਵਾਲਿਆਂ ਦੇ ਤੂੜੀ ਵਾਲੀਆਂ ਨੇ ਨਾਲ ਇੱਕ ਮਸ਼ੀਨ ਦਾ ਪੰਗਾ ਜਿਹਾ ਲੈ ਲਿਆ ਜਾ ਰੇਤਕੀ ਹੋਰ ਲੈ ਲਈ ਮਸ਼ੀਨ ਇੱਕ ਇਤਕੀ ਹਾਂ ਲੈ ਲਈ ਇਤਕੀ ਦੋ ਤਿੰਨ ਹੋ ਗਈਆਂ ਤੈਨੂੰ ਅਸਲ ਵਿੱਚ ਤਜਰਬਾ ਆ ਗਿਆ ਮਸ਼ੀਨਾਂ ਦਾ ਤਜਰਬਾ ਤਾਂ ਆ ਗਿਆ ਵਧੀਨਗੀ ਵੀ ਬਹੁਤ ਆ ਹੈਂ ਵਧੀਨਗੀ ਵੀ ਬਹੁਤ ਆ ਅੱਛਾ ਹੋਰ ਚੱਲ ਭਾਈ ਵਧੀਨਗੀ ਨਾਲੇ ਚੱਲ ਰਾਤ ਹੀ ਫਰੀ ਜਾਂਦੇ ਆਗੇ ਤੁਰੇ ਹੈ ਹਸਤੀ ਕਰ ਉਫੜੀ ਸਤਿ ਕਾਲ ਹੋਰ ਠੀਕ ਹੈ ਹੋਰ ਕੀ ਬਣਦਾ ਹੁੰਦਾ ਘਰ ਨੂੰ ਇਹਨੇ ਗਾਹ ਮੇਰੇ ਸਾਲੇ ਦੇ ਡੀਸੀ ਲੱਗਣਾ ਵੀ ਜਿਹਦਾ ਕੌਲੇ ਕੱਛਦਾ ਫਿਰੀ ਜਾਂਦਾ ਕਦੇ ਕਿਹਦੇ ਨਾਲ ਵਗ ਗਿਆ ਕਦੇ ਕਿਹਦੇ ਨਾਲ ਵਗ ਗਿਆ ਕੋਈ ਤਾਂ ਡੱਕਾ ਤੋੜਦੀ ਹੋਊਗਾ ਐ ਹੁਣ ਕਿਵੇਂ ਫਿਰੀ ਜਾਂਦਾ ਨਹੀਂ ਕਰਦਾ ਮੇਰਾ ਸਾਲਾ ਕੁਛ ਨਹੀਂ ਕਰਦਾ ਮੈਂ ਚੱਲ ਕੋਈ ਨਹੀਂ ਬਾਈ ਕਰੀਦਾ ਜਾਣਾ ਵਾਪੇ ਖੇਤ ਦਾ ਹੁਣ ਹੋਰ ਪੂਰੇ ਤੈਨੂੰ ਵੀ ਆਖਿਆ ਤੀ ਵੀ ਮੈਨੂੰ ਭੇਜ ਦੇ ਮੇਰੇ ਨਾਲ ਕੰਮ ਸਿੱਖ ਜੂ ਨਾਲੇ ਗਾਹ ਆਪਦੀ ਲੈ ਲੈ ਚੱਲ ਮਸ਼ੀਨ ਜਿਵੇਂ ਮਰਜ਼ੀ ਹੁਣ ਇਹਨੂੰ 2 ਰੁਪਏ ਦਵਾ ਦਿਆ ਕਰਦਾ ਉਹ ਇਹਨੂੰ ਹੁਣ ਮੌਂਗਲ ਫੜ ਕੇ ਨਾਲ ਭੇਜਿਆ ਕਰਾ ਪਤੇਰਾ ਕਿਹਾ ਵੀ ਬਾਗਿਆ ਤੇਰੇ ਫੁੱਫੜ ਨਾਲ ਬਾਗ ਜਾ ਹਾਂ ਜਾਨਾ ਮੈਂ ਜਾਨਾ ਕੁੜੀ ਜੋ ਦੇ ਲਾਰੇ ਲਾ ਲਾ ਕੇ ਇੱਥੇ ਤੱਕ ਲਗਾਤਾ ਇਹਨੇ ਕੰਮ ਤਾਂ ਹੁਣ ਕਿਹੜਾ ਕਰਨਾ ਜਦੋਂ ਕਰੂਗਾ ਉਦੋਂ ਕਰ ਸਾਡਾ ਆ ਮਸਲਾ ਭੈਣੇ ਛਿੱਤਰ ਨਹੀਂ ਰੱਖਿਆ ਤੁਸੀਂ ਨੇ ਕੰਮ ਤਾਂ ਇਹ ਭੱਜ ਭੱਜ ਕਰਦਾ ਇਹ ਫੁੱਫੜਾ ਹੁਣ ਬਾਗ ਜਾਨਾ ਮਦਰੇ ਨਾਲ ਹੁਣ ਮੈਂ ਤਾਂ ਤੋਕ ਧਰ ਚ ਮੋਣੀ ਆ ਚੱਲ ਕੋਈ ਨਹੀਂ ਉਹ ਤਾਂ ਤੂੰ ਗਿਆ ਨਹੀਂ ਹੈਗਾ ਹੁਣ ਤਾਂ ਮੈਂ ਬੰਦਾ ਰੱਖ ਲਿਆ ਹੁਣ ਤੇ ਤੋ ਕੀ ਕਰਾਉਣਾ ਮੈਂ ਨਾ ਸੱਚ ਮਸਲਾ ਹੱਲ ਕਰ ਦੇ ਸਨੌਰ ਨੂੰ ਸਾਡੇ ਨਾਲ ਚੱਲ ਤੈਨੂੰ ਗੱਲ ਕਰਨ ਦਾ ਵੀ ਪਤਾ ਅਸੀਂ ਤਾਂ ਬਾਲੇ ਤੰਗ ਆ ਗਏ ਉਹ ਭੈਣੇ ਤੰਗ ਤਾਂ ਤੁਸੀਂ ਹੋਊਂਗੀ ਤੁਹਾਨੂੰ ਉਦੋਂ ਕਹਿਤੀ ਵੀ ਅਸੀਂ ਰਿਸ਼ਤਾ ਕਰਾ ਦੇਣਾ ਉਦੋਂ ਤੁਸੀਂ ਨੇ ਲੈਤਾ ਉਦੋਂ ਤਾਂ ਉਦੋਂ ਤਾਂ ਭੂਰੇ ਨੇ ਵੀ ਮੇਰਾ ਗੱਲ ਦਾ ਉਹ ਕਰਿਆ ਹਾਂ ਹਾਂ ਅਸੀਂ ਤੁਹਾਨੂੰ ਨੀਵੇਂ ਥਾਵੇਂ ਖੜਾ ਦਿੱਤੇ ਕਿਤੇ ਆ ਮੁੰਡਾ ਕਹਿੰਦਾ ਮੈਂ ਕੁਛ ਖਾ ਕੇ ਮਰ ਜਾਣਾ ਮੇਰਾ ਪ੍ਰੀਤ ਨਾਲ ਵਿਆਹ ਕਰੋ ਇਕੱਠੇ ਸਨਾਮ ਕਾਲਜ ਵਿੱਚ ਪੜ੍ਹਦੇ ਸੀ ਬਈ ਰਿਸ਼ਤੇਦਾਰੀ ਚੋਂ ਕਰਾਉਂਦਾ ਸੀ ਇਹ ਹਾਂ ਰਿਸ਼ਤੇਦਾਰੀ ਚੋਂ ਹੋਣਾ ਸੀ ਉਹਨਾਂ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹੇ ਮੂੰਹ ਵੀ ਨਹੀਂ ਅਗਲੇ ਤੇ ਲੱਗਿਆ ਜਾਂਦਾ ਹੁਣ ਅਗਲਾ ਕਹੂਗਾ ਵੀ ਖਮਨੀ ਸਾਡੇ 'ਚ ਕੀ ਉਹ ਤੀਗਾ ਨਾਲੇ ਕੁੜੀ ਦੇ ਦੋ ਭਰਾ ਕੈਨੇਡਾ ਗਏ ਹੋਏ ਸੀ ਉਹ ਕਿਤੇ ਇਹਦਾ ਵੀ ਸੋਚ ਲੈਂਦੇ ਆ ਲੈ ਆਂਦੀ ਭੁੱਖਿਆਂ ਨੰਗਿਆਂ ਦੀ ਟਿਕਦਾ ਮੇਰੇ ਸਾਲੇ ਦੇ ਟਿਕਦਾ ਆ ਤੇਰੀ ਗੰਦੀ ਬੋਲ ਬਾਣੀ ਨੇ ਭੈਣ ਇੱਥੇ ਤੱਕ ਭੇਜਤਾ ਕਰ ਟਿਕਦਾ ਬਾਗਦਾ ਫਿਰ ਚਾਹ ਤੂੰ ਕਰ ਲੈ ਵੀ ਜਾ ਕੇ ਗੱਲ ਕਰ ਲੈ ਮੈਨੂੰ ਕੋਈ ਧਰ ਕੇ ਆਈਆਂ ਚਾਹ ਕਰ ਲੈਵੇਂ ਗੱਲ ਕੋਈ ਮੈਨੂੰ ਚੱਲ ਕੋਈ ਨਹੀਂ ਭਾਬੀ ਜੇ ਤੂੰ ਚਾਹ ਲਿਆ ਦਾ ਇਹਦੀ ਲੋਤਰ ਨਹੀਂ ਟਿਕਦੀ ਬਈ ਹੈ ਉਦੋਂ ਕਹਿੰਦੀ 7 ਕਿੱਲੇ ਜ਼ਮੀਨ ਦੀ ਆਉਂਦੇ ਨੇ ਮੁੰਡੇ ਨੂੰ ਜਦੋਂ ਸਾਡੇ ਕੋਲ 7 ਕਿੱਲੇ ਜ਼ਮੀਨ ਦੇ ਹੈ ਨਹੀਂਗੇ ਝੂਠ ਬੋਲ ਕੇ ਰਿਸ਼ਤਾ ਕਰਨ ਦੀ ਕੀ ਜ਼ਰੂਰਤ ਸੀ ਭਾਈ ਝੂਠ ਭਾਈ ਬੋਲਿਆ ਕਿਉਂ ਬੋਲਿਆ ਤੂੰ ਵੀਰੇ ਮੇਰੀ ਗੱਲ ਸੁਣਦਾ ਝੂਠ ਤਾਂ ਬੋਲਿਆ ਕੁੜੀ ਵੀ ਕਹਿੰਦੀ ਸੀ ਮੈਂ ਬੱਬੂ ਨਾਲ ਵਿਆਹ ਕਰਾਉਣਾ ਪ੍ਰੀਤ ਇਹ ਕਹਿੰਦਾ ਸੀ ਮੈਂ ਪ੍ਰੀਤ ਨਾਲ ਵਿਆਹ ਕਰਾਉਣਾ ਕੁੜੀ ਦਾ ਮਾਸੜ ਕਹਿੰਦਾ ਅਸੀਂ ਕੁੜੀ ਦਾ ਉੱਥੇ ਰਿਸ਼ਤਾ ਕਰਨਾ ਜਿੱਥੇ 7-8-10 ਕਿੱਲੇ ਹੋਊਗੇ ਭੈਣੇ ਤੁਸੀਂ ਐਂ ਦੱਸ ਕਰਦੇ ਨਾ ਕਰਦੇ ਸੱਚ ਤਾਂ ਬੋਲਣਾ ਦੀ ਅਗਲੇ ਨੂੰ ਜ਼ਮੀਨ ਦਾ ਮੈਂ ਕੀ ਕਰਦੀ ਨਾ ਕਰਦੇ ਉਹ ਨਹੀਂ ਕਰਦੇ ਮਰਦਾ ਅੜਦਾ ਸੀ ਮਾਰਨਾ ਮੈਨੂੰ ਤਾਂ ਉਹ ਕੱਲੇ ਕੱਲੇ ਨੇ ਦੁਖੀ ਕੀਤਾ ਸੀ ਉਦੋਂ ਉਹਦੇ ਛਿੱਤਰ ਖਾਂਦੀ ਸੀ ਪੁੱਤ ਦੇ ਹੁਣ ਆਦਮੀ ਦੇ ਛਿੱਤਰ ਖਾਂਦੀ ਆ ਮੈਂ ਕਿਹੜੇ ਪਾਸੇ ਮਰਾਂ ਇਹ ਤਾਂ ਮੈਨੂੰ ਮਰਨ ਦੇ ਡਰਾਵੇ ਦਿੰਦੇ ਮੈਂ ਕਿੱਥੇ ਮਰ ਜਾਵਾਂ ਮੇਰੇ ਤਾਂ ਭਰਾ ਭਰਜਾਈਆਂ ਵੀ ਮੈਨੂੰ ਚੱਲ ਦੇਣਾ ਚੱਲ ਕੋਈ ਨਹੀਂ ਭਾਬੀ ਹੁਣ ਤਾਂ ਛਿੱਤਰ ਦੇਖ ਪੈਣਗੇ ਪੈਣਗੇ ਠੀਕ ਆ ਚੱਲ ਹੁਣ ਮੇਰੀ ਤਾਂ ਛਿੱਤਰ ਖਾਓ ਆਪਦਾ ਕੁਝ ਕਰੋ ਨਾ ਤੂੰ ਸੁਣਾ ਬੰਦਾ ਚੱਲ ਕੋਈ ਨਹੀਂ ਭਾਬੀ ਤੂੰ ਚਾਹ ਪਾਣੀ ਕਰ ਲੈ ਤੇਰੀ ਉਧਰ ਵਧੀਆ ਰਿਸ਼ਤੇਦਾਰੀ ਪੈਂਦੀ ਉਹਦੇ ਘਰਾਂ ਕਣੀ ਹੈ ਸਨੌਰ ਦੀ ਰਿਸ਼ਤੇਦਾਰੀ ਪੈਂਦੀ ਆ ਆਪਾਂ ਤੂੰ ਸਾਡੇ ਨਾਲ ਇੱਥੇ ਤਾਂ ਮੈਂਬਰ ਲੈ ਚੱਲਾਂਗੇ ਆਪਾਂ ਆਪਾਂ ਜਾ ਕੇ ਲੈ ਜਾਈਏ ਹੁਣ ਛਿੱਤਰ ਮੈਂ ਗੱਲ
ਇਹੀ ਕਹਿੰਦੇ ਵੀ ਮੈਂ ਖਾ ਲਾ ਸਕਦਾ। ਚੱਲ ਕੋਈ ਨਹੀਂ ਸਿੰਮੂ ਦੇ ਪਾਪੇ, ਹੁਣ ਤੂੰ ਤਾਂ ਤੁਰਿਆ ਫਿਰਿਆਗਾ, ਇਹਨਾਂ ਨੂੰ ਕੀ ਪਤਾ ਕੀ ਕਹਿੰਦੇ ਹੁੰਦੇ ਨੇ ਉਹ ਬਾਂਦਰੀ ਉਫੜੋ। ਹਾਂ ਹਾਂ ਹੁਣ ਤਾਂ ਤੈਨੂੰ ਗੱਲਾਂ ਉੜਦੀਆਂ ਨੇ। ਹਾਂ ਪਾ ਕੇ ਪੰਗੇ ਦੇਖ ਲਾ ਹੁਣ ਕਿਵੇਂ ਲਿਟਿਆ ਪਿਆਗਾ। ਆਹੋ ਚੱਲ ਹੁਣ ਤੂੰ ਜਿਵੇਂ ਮਰਜ਼ੀ ਕਰ, ਹੈਂ ਤੇਰੀ ਜਾਣ ਪਛਾਣ ਹੈਗੀ ਹੈ, ਤੂੰ ਰੌਲੇ ਰੱਪੇ ਜਾਂਦਾ ਰਹਿਣਾ। ਭਾਈ ਛਿੱਤਰ ਬਹੁਤ ਜ਼ਿਆਦਾ ਪੈਣਗੇ, ਦੇਖ ਮੈਂ ਤਾਂ ਨਹੀਂ ਜਾ ਸਕਦਾ, ਮੇਰੇ ਤਾਂ ਕੰਮ ਹੋਰ, ਕੋਈ ਨਾ ਭੈਣੇ ਰੱਖ ਲੈ ਚੱਕ ਲੈ ਕੱਪ ਚਾਹ ਦਾ ਚੱਕ। ਠੀਕ ਹੈ ਹੋਰ ਹੁਣ ਪਹਿਲਾਂ ਕੌਣ ਜਾਊਗਾ? ਆ ਲੈ ਭੈਣ ਛਿੱਤਰ ਖਾ ਲਈਏ ਹੁਣ ਜਾ ਕੇ। ਦੇਖੋ ਭਾਈ ਛਿੱਤਰ ਵੀ ਖਾਣੇ ਪੈਣਗੇ ਇਹਨਾਂ ਵਾਸਤੇ, ਹੋਰ ਕੀ ਕਰੀਏ। ਕਰ ਲਾ ਹੈਂ ਕਰ ਲਾ ਮੂੰਹ ਮਿੱਠਾ, ਕੋਈ ਨਾ ਰੱਖ ਲੈਣੇ ਭੈਣੇ, ਖੜ ਜਾ। ਛਿੱਤਰ ਵੀ ਖਾਣੇ ਪੈਣਗੇ ਹੁਣ ਕੀ ਕਰੀਏ, ਹੁਣ ਇੱਥੇ ਰੱਖ ਦੇ ਕੋਈ ਨਾ ਲੈਣਾ। ਲੈ 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 ਗਾਜਰ ਪਾ ਦੇ ਘਰੇ ਬਣਾਏ ਤੁਸੀਂ ਨੇ ਤਾਂ। ਗੱਡੀ ਵਾਲ ਨੂੰ ਕਹਿ ਕੇ ਸੋਮੋ ਟਾਟਾ ਨੂੰ ਕਹਿ ਤੜਕੇ ਆ ਜੀ, ਮੇਰੇ ਫੁੱਫੜ ਹੋਰੀ ਆ ਗਏ, ਕਹਿੰਦੇ ਤੜਕੇ ਸਜਾ ਚੱਲਾਂਗਾ 8 ਵਜੇ। ਆਥਣੇ ਕੇ ਹੋਊਗਾ ਬਾਈ, ਫੁੱਫੜ ਹੋਰੀ ਆਪਦੇ ਹਿਸਾਬ ਨਾਲ ਜਾਣਗੇ, ਮੇਰੇ ਤਾਂ ਘਰੇ ਮੈਸਾਂ ਨੇ ਚੋਣ ਵਾਲੀਆਂ, ਇੱਕ ਮਹਿਸੂਲ ਵਾਲੀ, ਇੱਕ ਜਵਾਕ ਜਿਹਾ ਰੋਜੇ ਭੱਜਾਂ ਦਾ ਹੈਗਾ, ਉਹ ਆਪਦਾ ਬਾਹਰ ਅੰਦਰ ਦਾ ਕਰਾਉਂਦਾ ਫਿਰਦਾ ਹੈਗਾ, ਕਦੇ ਚੰਡੀਗੜ੍ਹ ਰਾਜਪੁਰੇ ਨੂੰ। ਹੁਣ ਸਿੰਮੂ ਦੇ ਪਾਪੇ ਤੂੰ ਕਾਹਨੂੰ ਲੋਹੇ ਦਾ ਥਣ ਬਣਿਆ ਖੜਾ ਹੈਂ? ਹੁਣ ਜਦੋਂ ਅਗਲਿਆਂ ਨੇ ਕਿਹਾ ਗਾ ਤੈਨੂੰ ਮੂਹਰੇ ਕਰਿਆ ਗਾ, ਫਿਰ ਵੀ ਤੂੰ ਇਸ ਘਰ ਦਾ ਜਮਾਈ ਭਾਈ ਆ। ਉਹਦੇ ਤਾਂ ਮੂਹਰੇ ਕਰਿਆ ਨੀ, ਜਦੋਂ ਰਿਸ਼ਤਾ ਦੇਣਾ ਸੀਗਾ ਵੀ ਹਾਂ ਚੱਲ ਆਪਾਂ ਭਾਈ ਇਹਦੇ ਰਿਸ਼ਤਾ ਲੈ ਲੈਣੇ ਆ ਗਏ। ਚੱਲ ਵੀਰੇ ਜਿਹੜੀ ਗਲਤੀ ਹੋ ਗਈ, ਚੱਲ ਕੋਈ ਨੀ ਆ ਤੂੰ ਖਾ ਲੈ, ਲੈ ਫੜ ਲੈ। ਉਹ ਬਸ ਖਾ ਲੀਆਂ ਮੈਂ ਤਾਂ ਭਾਈ, ਬਸ ਚੱਕ ਲੈ ਚੱਕ ਲੈ, ਕੋਈ ਨੀ ਖਾ ਲੈ। ਹਜੇ ਹੋਰ ਖਵਾਉਣ ਨੂੰ ਫਿਰਦੇ, ਹੁਣ ਪਤਾ ਨੀ ਕਿੰਨੀਆਂ ਕੁ ਖਵਾਉਂਗੇ। ਮੇਰੀ ਤਾਂ ਮਿਹਨਤ ਹੀ ਆ ਵੀਰਾ, ਮੇਰੇ ਪੁੱਤ ਦਾ ਘਰ ਵਸ ਜਾਵੇ, ਮੈਂ ਭਾਵੇਂ ਉਹ ਆ ਜਾਵੇ ਪ੍ਰੀਤ, ਮੈਂ ਭਾਵੇਂ ਪਰਸੋਂ ਨੂੰ ਅੱਖਾਂ ਮੀਟ ਜਾ। ਤੂੰ ਔਖਾ ਜਿਵੇਂ ਮਰਜ਼ੀ ਕਰ, ਇੱਕ ਤੇਰੀ ਵਧੀਆ ਮੰਨਣਗੇ ਵੀ ਮੈਨੂੰ ਪਤਾ ਹੈ ਉਹ ਸਿਆਣਾ ਬੰਦਾ, ਕਹਾ ਜਿਹੜਾ ਉਹਦਾ ਕਿਹੜਾ ਚਾਚਾ ਹੋ ਇਹਦਾ, ਹੋਏ ਮਾਸੜ ਵੀ ਆ ਚਾਚਾ ਪਿਆਰਾ, ਕੀ ਆ ਸਰੂਪ ਉਹਦਾ ਨਾਂ? ਸਰੂਪਾ, ਸਰੂਪ ਭਾਈ, ਉਹ ਤੈਨੂੰ ਪਤਾ ਲੀਡਰਾਂ ਲੂਡਰਾਂ 'ਚ ਉੱਠਦਾ ਬਹਿੰਦਾ, ਉਹ ਗੱਲਬਾਤ ਉਹਨੂੰ ਜ਼ਿਆਦਾ ਉੜਦੀ ਹੈ, ਸਾਨੂੰ ਤਾਂ ਕਹਿੰਦੇ ਉਹ ਜੀ ਗੱਲਬਾਤ ਉੜਦੀ ਨਹੀਂ ਹੈਗੀ, ਤੂੰ ਚੱਲ ਜਿਵੇਂ ਮਰਜ਼ੀ ਕਰ। ਜਮਾਈ ਭਾਈ ਕਰਦਾ ਹੁੰਦਾ ਇਹ ਜੇ ਕੰਮ ਸਿੱਧੇ। ਹਾਂ ਚੱਲ ਕੋਈ ਨਾ, ਚੱਲ ਦੇਖਦੇ ਫਿਰ ਕੋਈ ਨਾ ਕਰਦਿਆ, ਸੋਚ ਵਿਚਾਰ ਕੇ ਆਪਾਂ ਸੁਨੇਹਾ ਲੰਘ ਜਾਂਗੇ। ਠੀਕ ਹੈ, ਜੇ ਕੋਈ ਸਮਾਨ ਸਮੂਨ ਕਪੈਨ ਕਪੂਨ ਨੇ ਰਿਪੇਅਰ ਪੂਰਜੀ ਕਰਦੇ ਨੇ ਤਾਂ ਭੱਜ ਕੇ ਫੜਾਇਆ ਹੁੰਦਾ ਘਰੇ। ਮੈਂ ਜਾਊਂ ਬਾਈ ਘਰੇ, ਰਹਿੰਦਾ ਨਹੀਂ ਤੂੰ? ਨਾ ਰਹਿੰਦਾ ਨਹੀਂ ਮੈਂ ਘਰੇ, ਧਾਰਾਂ ਡੋਕੀਆਂ ਦਾ ਕਰਨਾ, ਅਸੀਂ ਤੜਕੇ ਉੱਧਰ ਆ ਜਾਵਾਂਗੇ ਸੁਨਾਮ ਆਈ ਟੀ ਚੌਂਕ 'ਚ, ਉੱਥੇ ਮਿਲਾਂਗੇ, ਕੋਈ ਗੱਲ ਨਹੀਂ ਬਾਕੀ ਚੱਲਾਂਗੇ ਤੁਹਾਡੇ ਨਾਲ। ਤੂੰ ਰਹਿ ਜਾਂਦਾ ਆਪਾਂ 100 ਗੱਲਬਾਤ ਕਰ ਲੈਂਦੇ ਆਥਣੇ, ਹੋਰ ਰਹਿੰਦਾ ਤਾਂ ਦੇਖ ਮੈਂ ਹੈ ਨਹੀਂ। ਹਾਂ ਚੱਲ 6 ਵਜੇ ਤੱਕ ਤੁਹਾਡੀ ਮਰਜ਼ੀ ਆ ਭਾਈ। ਫੇਰ ਪਾ ਲਾਂਗੇ ਏਮ, ਕਿਹੜਾ ਕਹਾਂ ਕੁੰਭਦਾ ਮੇਲਾ ਵੀ 12 ਸਾਲਾਂ ਬਾਅਦ ਹੋਊਗਾ। ਮੈਂ ਕਿਹਾ ਬੰਨ ਬਣੇ ਜਿਹਾ ਰੱਖ ਲੈਂਦਾ ਨਿਗਾਹ ਕਰਾਈ ਕਰਕੇ, ਇਹੋ ਜਿਹੇ ਨੇਮ ਮੈਂ 36 ਤੋੜੇ ਨੇ। ਚੱਲ ਗੱਲਾਂ।